हुण मैं बेनती करूँगा मैडम जी नूं, इह तुहाडे नाल फसलां दीआं जो भी कोई कीड़ा पै रहा है या कोई बीमारी पै रही है, आलूआं दे कोई समस्या आ रही है या कोई आउण दी संभावना मौसम दे हिसाब नाल, उहदे बारे मैडम जी तुहाडे नाल विचार सांझे करनगे। ਤੇ ਵੱਖ ਵੱਖ ਪਿੰਡਾਂ ਤੋਂ ਆਏ ਕਿਸਾਨ ਵੀਰੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਹਿ ਲਓ ਸਾਡੇ ਵਿੱਚ ਥੋੜ੍ਹੀ ਦੇਰੀ ਨੇ, ਕਿਉਂਕਿ ਇਹਨਾਂ ਦੀ ਵੀ ਰਿਟਾਇਰਮੈਂਟ ਆ ਗਈ ਹੈ ਨਾ, 7-8 ਮਹੀਨੇ ਰਹਿ ਗਏ, ਪਰ ਮੈਨੂੰ ਅੱਜ ਹੀ ਪਤਾ ਲੱਗਿਆ ਕਿ ਡਾਕਟਰ ਸਾਹਿਬ ਕਿਤੇ ਵੱਡੀ ਪੋਸਟ ਤੇ ਚੱਲੇ ਨੇ, ਹੈ ਨਾ ਵੀ, ਪਰ ਤੁਹਾਡੇ ਭਲੇ ਲਈ ਚੱਲੇ ਨੇ, ਜਿੱਥੇ ਵੀ ਚੱਲੇ ਨੇ, ਹੈ ਨਾ ਕਿ ਕੁਛ ਸਾਡੇ ਲਈ ਚੰਗਾ ਕਰਨਗੇ, ਹੈ ਨਾ। ਤੇ ਮੈਂ ਤਾਂ ਡਾਕਟਰ ਸਾਹਿਬ ਤੋਂ ਬਹੁਤ ਛੋਟੀ ਹਾਂ ਤੇ ਇਹਨਾਂ ਨੂੰ ਤਾਂ ਬਹੁਤ ਜ਼ਿਆਦਾ ਗਿਆਨ ਆ, ਪਰ ਫਿਰ ਵੀ ਮੈਂ ਆਪਣੇ ਸਬਜੈਕਟ ਬਾਰੇ ਥੋੜ੍ਹੀਆਂ ਜਿਹੀਆਂ ਗੱਲਾਂ ਕਰ ਲਵਾਂ। ਜਿੱਦਾਂ ਕਣਕ ਦੇ ਬਾਰੇ, ਜਿਵੇਂ ਡਾਕਟਰ ਸਾਹਿਬ ਦੱਸ ਕੇ ਗਏ ਹਨ, ਕਣਕ ਦੇ ਖੇਤਾਂ ਵਿੱਚ ਸੁੰਡੀ ਦਾ ਹਮਲਾ ਹੁੰਦਾ, ਅੱਗ ਲਾਉਣ ਲਈ ਆਪਾਂ ਕਹਿੰਦੇ, ਕਿਉਂਕਿ ਅੱਗ ਜਿਹੜੀ ਹੈਗੀ ਸਾਨੂੰ ਹੀ ਖਰਾਬ ਕਰਦੀ ਹੈ, ਧੂੰਆਂ ਹੁੰਦਾ, ਹੈ ਨਾ। ਤੇ ਇਸ ਕਰਕੇ ਵੀ ਹੁਣ ਕਿਸੇ ਤਰੀਕੇ ਵੀ ਅਸੀਂ ਕਣਕ ਬੀਜਦੇ ਹਾਂ ਤਾਂ ਉਹਦੇ ਵਿੱਚ ਗੁਲਾਬੀ ਸੁੰਡੀ ਦਾ ਹਮਲਾ ਆ ਜਾਂਦਾ ਆ, ਕਿਉਂਕਿ ਅੱਗੇ ਸਿਰਫ ਝੋਨੇ ਦੇ ਖੇਤਾਂ 'ਚ ਆਉਂਦਾ ਸੀਗਾ, ਹੁਣ ਕਣਕ 'ਚ ਵੀ ਆਉਣ ਲੱਗ ਗਿਆ। ਅਸੀਂ ਆਪਣਾ ਖੇਤ ਵੇਖ ਲਈਏ, ਜੇ ਤਾਂ ਥੋੜ੍ਹੀ ਬਹੁਤ ਆ, ਫਿਰ ਸਾਨੂੰ ਕੋਈ ਸਪਰੇਅ ਕਰਨ ਦੀ ਲੋੜ ਨਹੀਂ ਆ, ਪਰ ਜਿਵੇਂ ਡਾਕਟਰ ਸਾਹਿਬ ਨੇ ਦੱਸਿਆ ਕਈ ਜਗ੍ਹਾ ਦੇ ਉੱਤੇ ਪੂਰੇ ਪਾੜੇ ਪਏ ਹੋਏ ਆ ਵੱਡੇ ਵੱਡੇ, ਹੈ ਨਾ, ਉੱਥੇ ਅਸੀਂ ਜਾਂ ਤਾਂ ਕੋਈ ਦਾਣੇਦਾਰ ਦਵਾਈ, ਜਿਵੇਂ ਅਸੀਂ ਆਪਣੀ ਆਉਂਦੀ ਆ ਮੋਰਟਲ ਆਉਂਦੀ ਆ, ਉਹਨੂੰ ਗਿੱਲੀ ਮਿੱਟੀ 'ਚ ਰਲਾ ਕੇ ਛੱਟਣਾ ਪਾ ਦੇ, ਜਾਂ ਫਿਰ ਆਪਣੀ ਕੋਰਾਜਨ ਦਵਾਈ ਆ ਉਹ 50 ml ਦਵਾਈ ਲੈ ਕੇ 80 ਤੋਂ 100 ਲੀਟਰ ਪਾਣੀ 'ਚ ਘੋਲ ਕੇ ਏਕੜ ਦੇ ਹਿਸਾਬ ਨਾਲ ਜਿੱਥੇ ਜਿੱਥੇ ਜ਼ਿਆਦਾ ਦਾੜੀਆਂ ਨੇ ਉੱਥੇ ਚੰਗੀ ਤਰ੍ਹਾਂ ਅਸੀਂ ਸਪਰੇਅ ਕਰ ਦਈਏ, ਹੈ ਨਾ। ਇਹਦੇ ਨਾਲ ਇਹ ਕੰਟਰੋਲ ਹੋ ਜਾਂਦੀ ਹੈ, ਨਹੀਂ ਤਾਂ ਅਸੀਂ ਕਈ ਵਾਰ ਕਲੋਰੋ, ਸਾਨੂੰ ਆਦਤ ਹੁੰਦੀ ਆ ਵੀ ਛੱਟੇ ਨਾਲ ਜਿਹੜੇ ਪਾਉਂਦੇ ਆ, ਉਹ ਵੀ 1.25 ਲੀਟਰ ਕਲੋਰੋ ਜਿਹੜੀ ਹੈਗੀ ਆ ਅਸੀਂ 100 ਲੀਟਰ ਪਾਣੀ 'ਚ ਘੋਲ ਕੇ, ਨਹੀਂ 8 ਤੋਂ 10 ਕਿਲੋ ਮਿੱਟੀ 'ਚ ਅਸੀਂ ਰਲਾ ਲੈਣੀ, ਜੇ ਪਾਣੀ ਲੱਗਿਆ ਹੋਇਆ ਤਾਂ ਛੱਟੇ ਨਾਲ ਅਸੀਂ ਖੇਤ 'ਚ ਪਾ ਸਕਦੇ ਹਾਂ। ਬਾਕੀ ਰੱਬ ਦਾ ਸ਼ੁਕਰ ਆ ਕਿ ਸਾਡੀ ਕਣਕ ਦੇ ਉੱਤੇ ਬਿਮਾਰੀ ਸਾਡੇ ਏਰੀਏ 'ਚ ਕੋਈ ਨਹੀਂ ਆਉਂਦੀ, ਹੈ ਨਾ। ਇਸ ਲਈ ਜਿਹੜਾ ਵੀ ਅਸੀਂ ਆਪਣੇ ਏਰੀਏ 'ਚ ਕਣਕ ਦਾ ਬਣਾ ਲਾਂਗੇ ਉਹ ਪੂਰਾ ਕਾਮਯਾਬ ਰਹਿੰਦਾ। ਜਿਵੇਂ ਡਾਕਟਰ ਸਾਹਿਬ ਨੇ ਆਲੂ ਦੀ ਗੱਲ ਕੀਤੀ ਸੀ, ਆਲੂ ਦੇ ਬੀਜ ਵਾਸਤੇ ਆਪਣਾ ਜਿਹੜਾ ਏਰੀਆ ਬਹੁਤ ਵਧੀਆ ਆ, ਕਿਉਂਕਿ ਆਪਣੇ ਏਰੀਏ ਦੇ ਵਿੱਚ ਝੁਲਸ ਰੋਗ ਨਹੀਂ ਆਉਂਦਾ। ਇੱਕ ਝੁਲਸ ਰੋਗ 2 ਤਰ੍ਹਾਂ ਦੇ ਹੁੰਦੇ ਆ, ਇੱਕ ਅਗੇਤਾ ਤੇ ਇੱਕ ਪਛੇਤਾ, ਹੈ ਨਾ। ਤੇ ਜੇ ਅਸੀਂ ਜਲੰਧਰ, ਹੁਸ਼ਿਆਰਪੁਰ, ਅੰਮ੍ਰਿਤਸਰ ਇੱਧਰਲੇ ਏਰੀਏ 'ਚ ਜਾਈਏ ਤਾਂ ਉੱਥੇ ਆਲੂਆਂ ਨੂੰ ਮਤਲਬ ਬੜੀ ਬਿਮਾਰੀ ਆਉਂਦੀ ਆ, ਕਿਉਂਕਿ ਉਹ ਸਤੰਬਰ 'ਚ ਹੀ ਆਲੂ ਲਾ ਲੈਂਦੇ ਤਾਂ ਹੁਣ ਉਹਨਾਂ ਦੇ ਖੇਤਾਂ 'ਚ ਬਿਮਾਰੀ ਆ ਜਾਂਦੀ ਆ। ਪਰ ਸਾਡੇ ਖੇਤਾਂ 'ਚ ਕਿ ਜਿੰਨੇ ਵੀ ਜਿੱਥੇ ਵੀ ਕਿਤੇ ਅਸੀਂ ਆਲੂ ਲੱਗੇ ਦੇਖਿਆ, ਕਿਤੇ ਕੋਈ ਇਹੋ ਜਿਹੀ ਦਿੱਕਤ ਨਹੀਂ ਆ। ਜਿਹੜੇ ਕਿਸਾਨ ਵੀਰ ਨੇ ਆਲੂ, ਜਿਵੇਂ ਹੁਣ ਆਪਾਂ ਬੀਜ ਤੋਂ ਗੱਲ ਚੱਲੀ ਸੀ ਆਪਣੀ, ਹੈ ਨਾ, ਕਿ ਆਲੂ ਦਾ ਬੀਜ ਤਿਆਰ ਕਰਨਾ, ਆਹ ਵਧੀਆ ਬਹੁਤ ਸੋਹਣਾ ਮੌਸਮ ਹੈ ਇਹਨਾਂ ਦਿਨਾਂ ਦੇ ਵਿੱਚ, ਅਸੀਂ ਦੇਖੋ ਵੀ ਸਾਡੇ, ਕਿਉਂਕਿ ਆਲੂ ਦੇ ਬੀਜ ਦੇ ਵਿੱਚ ਵਿਸ਼ਾਣੂ ਰਹਿਤ ਬੀਜ ਤਿਆਰ ਕਰਨਾ ਹੁੰਦਾ ਸੀ ਕਿਸੇ, ਨਹੀਂ ਤਾਂ ਜੇ ਸਾਨੂੰ ਵਾਇਰਸ ਜਿਹੜੀ ਬਿਮਾਰੀ ਆਲੂ 'ਚ ਆ ਜਾਵੇ ਤਾਂ ਅਗਲੇ ਸਾਲ ਜਦੋਂ ਅਸੀਂ ਉਹ ਬੀਜ ਬੀਜਦੇ ਹਾਂ ਤਾਂ ਸਾਰੇ ਉਹ ਮਤਲਬ ਜਿਹੜੇ ਹੈਗੇ ਬੂਟੇ ਵਿਸ਼ਾਣੂ ਵਾਲੇ ਆ ਜਾਂਦੇ ਆ, ਉਹ ਜਿਵੇਂ ਕਹਿੰਦੇ ਵੀ ਇੱਕਦਮ ਚਿਬਜੇ ਪਏ ਹੁੰਦੇ, ਇਕੱਠੇ ਇਕੱਠੇ ਬੂਟੇ ਤੋਂ ਜਿਹੜਾ ਪੱਤੇ ਤੋਂ ਪੱਤੇ ਦਾ ਫਾਸਲਾ ਘੱਟ ਜਾਂਦਾ, ਗੁੱਛਾ ਮੁੱਛਾ ਜਿਹਾ ਹੋ ਜਾਂਦੇ ਆ, ਹੈ ਨਾ, ਇਕੱਠੇ ਇਕੱਠੇ ਜੇ ਬੂਟੇ ਹੋ ਜਾਂਦੇ ਆ, ਤਾਂ ਇਹਨਾਂ ਦਿਨਾਂ ਵਿੱਚ ਅਸੀਂ ਆਲੂ ਦੀ ਫਸਲ ਨੂੰ ਜਿਹੜਾ ਹੈਗਾ ਤੇਲੇ ਤੋਂ ਰਹਿਤ ਰੱਖਣਾ ਆ, ਵੀ ਉਹਦੇ 'ਤੇ ਅਸੀਂ ਤੇਲਾਂ ਨਹੀਂ ਆਉਣ ਦੇਣਾ। ਔਰ ਜੇ ਸਾਨੂੰ ਲੱਗਦਾ ਕਿ ਆਲੂ ਦਾ ਸਾਈਜ਼ ਥੱਲਿਓਂ ਬਣ ਗਿਆ, ਠੀਕ ਬਣ ਗਿਆ ਇੰਨਾ ਕੁ, ਤਾਂ ਅਸੀਂ ਉਹਦੀ ਪਤਰਾਲ ਇਹਨਾਂ ਦਿਨਾਂ 'ਚ ਕੱਟ ਦੇਣੀ ਆ, ਅੱਜ ਤੋਂ 10-15 ਜਿਹਦਾ ਸਾਈਜ਼ ਛੋਟਾ, ਕਿਉਂਕਿ ਅਸੀਂ ਲੇਟ ਆਉਣ ਲਾਉਂਦੇ ਹਾਂ, ਜਿਨ੍ਹਾਂ ਨੇ ਸਤੰਬਰ 'ਚ ਲਾ ਤੇ ਪਹਿਲਾਂ ਲਾਏ ਸੀ ਅਕਤੂਬਰ 'ਚ, ਉਹਨਾਂ ਨੂੰ ਇਹਨਾਂ ਦਿਨਾਂ 'ਚ ਪਤਰਾਲ ਕੱਟ ਦੇਣੀ ਚਾਹੀਦੀ ਹੈ। ਇੱਦਾਂ ਹੀ ਕਿਸਾਨ ਵੀਰੋ, ਜਿਵੇਂ ਹੁਣ ਅਸੀਂ ਕਣਕ ਦਾ ਕੀਤਾ ਸੀਗਾ, ਹੈ ਨਾ, ਕਣਕ ਲਈ ਸਾਨੂੰ ਕਿੰਨੀ ਦਿੱਕਤ ਆਈ, ਇਸ ਵਾਰ ਕਣਕ ਦਾ ਬੀਜ ਨਹੀਂ ਮਿਲਿਆ। ਹੁਣ ਤੁਹਾਡੇ ਕੋਲ ਜਿਹਦੇ ਵੀ ਜਿਹੜੀ ਵੀ ਕਣਕ ਬੀਜੀ ਆ ਉਹਦਾ ਅਸੀਂ ਆਪਣਾ ਕਣਕ ਦਾ ਬੀਜ ਆਪ ਰੱਖਣਾ ਹੈ ਤੁਸੀਂ, ਠੀਕ ਹੈ, ਕਿਉਂਕਿ ਆਪਣੀ ਕਣਕ ਦੇ ਉੱਤੇ ਕੋਈ ਬਿਮਾਰੀ ਨਹੀਂ ਆਉਂਦੀ। ਫਿਰ ਵੀ ਮੈਂ ਤੁਹਾਨੂੰ ਇੱਕ ਵਾਰ ਬਿਮਾਰੀਆਂ ਦੱਸ ਦਿੰਦੀ ਹਾਂ ਵੀ ਕਣਕ ਦੇ ਉੱਤੇ ਪੀਲੀ ਕੁੰਗੀ ਆਉਂਦੀ ਹੁੰਦੀ ਆ, ਠੀਕ ਹੈ। ਜਿਵੇਂ ਹਲਦੀ ਆਪਣੇ ਘਰੇ ਹਲਦੀ ਹੁੰਦੀ ਹੈ ਨਾ, ਇੱਦਾਂ ਦੀਆਂ ਲੰਬੀਆਂ ਲੰਬੀਆਂ ਧਾਰੀਆਂ ਬਣ ਜਾਂਦੀਆਂ ਪੱਤਿਆਂ ਦੇ ਉੱਤੇ, ਠੀਕ ਹੈ। ਜੇ ਵੈਸੇ ਨਹੀਂ ਕਿਤੇ ਵੀ ਦਿੱਕਤ ਆਈ ਹੋਈ, ਜੇ ਦਿੱਕਤ ਆਉਂਦੀ ਆ ਤਾਂ ਅਸੀਂ ਕੋਈ ਵੀ, ਮੈਂ ਤੁਹਾਨੂੰ ਦਵਾਈਆਂ ਗਣਾ ਦਿੰਦੀ ਹਾਂ, ਬੰਪਰ, ਟਿਲਟ, ਸ਼ਾਈਨ, ਠੀਕ ਹੈ, ਕੋਈ ਵੀ ਸਿਸਟੈਮਿਕ ਉੱਲੀ ਨਾਸ਼ਕ ਦਵਾਈ ਦੀ ਸਪਰੇਅ ਕਰਕੇ ਆਪਣੀ ਕਣਕ ਨੂੰ ਬਚਾ ਸਕਦੇ ਹਾਂ, ਠੀਕ ਹੈ। ਬਾਕੀ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਕਣਕ 'ਚ ਬਿਮਾਰੀ ਦੀ ਆਉਂਦੀ ਨਹੀਂ, ਪਰ ਇੱਕ ਕੰਮ ਅਸੀਂ ਕਰਨਾ ਹੈ ਕਿ ਜਦੋਂ ਸਾਡੀ ਫਸਲ ਭੂਗੋਲੇ 'ਤੇ ਹੋਈ, ਹੈ ਨਾ, ਜਾਂ 1-2% ਸਾਨੂੰ ਲੱਗਿਆ ਕਿ ਨਿਸਾਰੇ ਸ਼ੁਰੂ ਹੋ ਗਿਆ, ਉਸ ਟਾਈਮ ਅਸੀਂ 1 ਟਿਲਟ ਦਵਾਈ ਦੀ ਸਪਰੇਅ ਦੇਣੀ ਆ, ਠੀਕ ਹੈ। ਕਈ ਵਾਰ ਹੁੰਦਾ ਕਿ ਅਸੀਂ ਲੇਟ ਹੋ ਗਏ ਮੈਡਮ ਕਿ 2% ਤੇ ਨਹੀਂ ਦੇ ਸਕੇ, ਕੋਈ ਗੱਲ ਨਹੀਂ, ਜੇ 10-15% ਵੀ ਨਿਸਰ ਗਈ ਜਦੋਂ ਹੀ ਤੁਹਾਡਾ, ਕਿਉਂਕਿ ਕਈ ਵਾਰ ਕੀ ਹੁੰਦਾ ਮੌਸਮ ਖਰਾਬ ਆ ਜਾਂ ਮੀਂਹ ਪੈਂਦੇ ਆ ਤਾਂ ਅਸੀਂ ਅੱਗੇ ਪਿੱਛੇ ਕਰ ਸਕਦੇ ਹਾਂ, ਅਸੀਂ ਟਿਲਟ ਦਵਾਈ ਦੀ ਜਿਹੜੀ 1 ਸਪਰੇਅ ਜ਼ਰੂਰ ਦੇਣੀ ਆ ਜਿਹੜਾ ਅਸੀਂ ਬੀ ਰੱਖਣਾ, ਠੀਕ ਹੈ। ਉਹਦੇ ਨਾਲ ਕੀ ਹੁੰਦਾ ਕਿ ਸਾਡਾ ਜਿਹੜਾ ਬੀ ਆ ਉਹ ਰੋਗ ਰਹਿਤ ਹੋ ਜਾਂਦਾ ਆ, ਉਹ ਖੇਤ ਦੇ ਵਿੱਚੋਂ ਤੁਸੀਂ ਉੱਚੇ ਨੀਵੇਂ ਬੂਟੇ ਤਾਂ ਪਹਿਲਾਂ ਹੀ ਪੱਟ ਦੇਣੇ ਆ, ਹੈ ਨਾ, ਕਿਉਂਕਿ ਜਿਹੜੀ ਕਿ ਰਲਾ ਨਾ ਹੋਵੇ ਕਿਸੇ ਬੀ ਦਾ, ਤੇ ਬਾਕੀ ਜਿੰਨਾ ਤੁਹਾਨੂੰ ਚਾਹੀਦਾ ਆ ਉਹਨਾਂ ਏਰੀਆ ਤੁਸੀਂ ਮੰਨ ਲਓ ਆਹ ਵਿੱਗਾ ਜਾਂ ਆਹ ਕਿੱਲਾ ਨਿਸ਼ਾਨੀ ਰੱਖਣੀ ਆ, ਠੀਕ ਹੈ। ਮਤਲਬ ਜਿਵੇਂ ਹੁਣ ਤੁਹਾਡੇ ਕੋਲ 826 ਵੈਰਾਈਟੀ ਦਾ ਬੀ ਆਇਆ ਹੋਣਾ, ਹੈ ਨਾ, ਜਾਂ ਕਈ ਨਵੀਆਂ ਕਿਸਮਾਂ ਤੁਸੀਂ ਜਿਵੇਂ 187 ਲਾਈ ਆ, 303, ਜਿਹੜੀ ਵੀ ਵੈਰਾਈਟੀ ਦਾ ਤੁਸੀਂ ਬੀ ਰੱਖਣਾ, ਉਹਦੇ 'ਚ ਕੋਈ ਆਪਣੇ ਬਿਮਾਰੀ ਕੋਈ ਨਹੀਂ ਆਉਂਦੀ, ਸਿਰਫ ਤੇ ਸਿਰਫ 1 ਟਿਲਟ ਦਵਾਈ ਦੀ ਤੁਸੀਂ ਸਪਰੇਅ ਦੇਣੀ ਆ, ਠੀਕ ਹੈ।
ਤੇ ਜੇ ਤੁਸੀਂ ਬਹੁਤਾ ਵੈਸੇ ਇੱਕ ਸਪਰੇਅ ਬਹੁਤ ਹੁੰਦੀ ਹੈ ਜੇ ਤੁਸੀਂ ਬਹੁਤੀ ਗਰੰਟੀ ਲੈਣੀ ਆ ਵੀ ਹਾਂ ਜਮਾਂ ਹੀ ਕੁਛ ਨਾ ਆਵੇ ਤਾਂ ਤੁਸੀਂ ਦੋ ਵੀ ਦੇ ਸਕਦੇ ਹੋ 10 ਦਿਨ ਦੇ ਫਰਕ ਤੇ ਜਾਂ 15 ਦਿਨ ਦੇ ਫਰਕ ਤੇ ਜਾਂ 7 ਦਿਨ ਦੇ ਫਰਕ ਤੇ ਮੌਸਮ ਦੇਖ ਕੇ ਨਾ ਵੀ ਅੱਜ ਮੈਂ ਸਪਰੇਅ ਦਿੱਤੀ ਸ਼ਾਮ ਨੂੰ ਜਾਂ ਕੱਲ ਨੂੰ ਸਵੇਰੇ ਮੀਂਹ ਪੈ ਜਾਵੇ ਹਨਾ ਤਾਂ ਫਿਰ ਤੁਸੀਂ ਸਪਰੇਅ ਜਦੋਂ ਮੌਸਮ ਸਾਫ਼ ਹੁੰਦਾ ਦੁਬਾਰਾ ਫਿਰ ਦੇਣੀ ਪੈਂਦੀ ਆ ਤਾਂ ਉਹ ਖੇਤ ਦਾ ਬੀਜ ਤੁਸੀਂ ਆਪਣੇ ਲਈ ਰੱਖਣਾ ਕਿਉਂਕਿ ਇਸ ਵਾਰ ਬੀਜ ਕਰਕੇ ਬਹੁਤ ਖੱਜਲ ਖੁਆਰੀ ਹੋਈ ਬੀਜ ਨਹੀਂ ਜੰਮਿਆ ਠੀਕ ਹੈ ਸਾਡੇ ਕੋਲੇ ਆਪਣੇ ਕੋਲੇ ਬੀਜ ਨਹੀਂ ਹੁੰਦਾ ਸੀਗਾ ਯੂਨੀਵਰਸਿਟੀ ਦਾ ਸਾਰਾ ਬੀਜ ਪਹਿਲਾਂ ਹੀ ਖਤਮ ਹੋ ਗਿਆ ਸੀ ਤੇ ਫਾਰਮ ਭਰ ਭਰ ਕੇ ਵੀ ਸਾਨੂੰ ਲਾਈਨਾਂ 'ਚ ਲੱਗ ਕੇ ਬੀਜ ਮਾੜਾ ਮਿਲਦਾ ਹਨਾ ਇਸ ਕਰਕੇ ਵੀ ਅਸੀਂ ਆਪਣਾ ਬੀਜ ਆਪਣਾ ਰੱਖਣਾ ਜਿਹੜੀ ਮਰਜ਼ੀ ਇਸ ਫਸਲਾਂ ਕਣਕ ਦਾ ਬੀਜ ਆਪਣਾ ਰੱਖਣਾ ਜਿਵੇਂ ਡਾਕਟਰ ਸਾਹਿਬ ਨੇ ਸਰੋਂ ਦੀ ਗੱਲ ਕੀਤੀ ਸਰੋਂ ਦਾ ਬੀਜ GSC 7 ਦੀਆਂ ਪ੍ਰਦਰਸ਼ਨੀਆਂ ਜਾਂ GSC 7 ਦਾ ਬੀਜ ਸਾਡੇ KVK ਤੋਂ ਜਾਂ ਡਾਕਟਰ ਸਾਹਿਬ ਕੋਲੋਂ ਜਿਹੜਾ ਵੀ ਤੁਸੀਂ ਬੀਜ ਲੈ ਕੇ ਗਏ ਹੋ ਉਹਦਾ ਆਪਣਾ ਬੀਜ ਰੱਖ ਸਕਦੇ ਹੋ ਤੁਸੀਂ ਵੈਰਾਈਟੀ ਆ ਉਹ ਤਾਂ ਉਹਦਾ ਤੁਸੀਂ ਆਪਣਾ ਬੀਜ ਰੱਖ ਲੈਣਾ ਆ ਜਿਵੇਂ ਡਾਕਟਰ ਸਾਹਿਬ ਨੇ ਸਰੋਂ ਦੀ ਗੱਲ ਕੀਤੀ ਸੀ ਸਰੋਂ ਦੇ ਉੱਤੇ ਜਿਹੜੀ GSC 7 ਵੈਰਾਈਟੀ ਆ ਕੋਈ ਵੀ ਆਪਣੀ ਬਿਮਾਰੀ ਨਹੀਂ ਆਉਂਦੀ ਸਰੋਂ ਦੇ ਉੱਤੇ ਪਰ ਫਿਰ ਵੀ ਤੁਹਾਡੀ ਜਾਣਕਾਰੀ ਲਈ ਦੱਸ ਦਵਾਂ ਜੀ ਆਪਣੀ ਦੂਜੀ ਸਰੋਂ ਦੇ ਉੱਤੇ ਆ ਜਾਂਦੀ ਹੈ ਚਿੱਟੇ ਜੇ ਚਿੱਟੋ ਆ ਜਾਂਦੀ ਹੈ ਚਿੱਟੇ ਚਿੱਟੇ ਨਾ ਪੱਤਿਆਂ ਦੇ ਪਿਛਲੇ ਪਾਸੇ ਉਹ ਚਿੰਬੜ ਜਾਂਦੇ ਆ ਦਾਣੇ ਜੇ ਹਨਾ ਉਹ ਪਹਿਲਾਂ ਥੱਲੇ ਵਾਲੇ ਪੱਤਿਆਂ ਤੋਂ ਸ਼ੁਰੂ ਹੁੰਦੀ ਆ ਹੌਲੀ ਹੌਲੀ ਉੱਪਰ ਆ ਜਾਂਦੀ ਆ ਤੇ ਬਹੁਤ ਜੇ ਅਗੇਤੀ ਆ ਜਾਂਦੀ ਆ ਪ੍ਰਾਈਵੇਟ ਕਿਸਮਾਂ ਤੇ ਜ਼ਿਆਦਾ ਆਉਂਦੀ ਆ ਜੇ ਬਹੁਤ ਅਗੇਤੀ ਆ ਜਾਂਦੀ ਆ ਤਾਂ ਪੂਰਾ ਜਿਹੜਾ ਫੁੱਲ ਆ ਨਾ ਉਹ ਪੱਤਿਆਂ 'ਚ ਕਨਵਰਟ ਹੋ ਜਾਂਦਾ ਪੱਤਿਆਂ ਦਾ ਰੂਪ ਧਾਰਨ ਕਰ ਜਾਂਦਾ ਜਾਂ ਰੁੰਡ ਮਰੁੰਡ ਜਿਹਾ ਹੋ ਜਾਂਦਾ ਐਂ ਬਿੰਗਾ ਟੇਢਾ ਜਿਹਾ ਹੋ ਕੇ ਉਹਦੇ ਉੱਤੇ ਚਿੱਟੀ ਚਿੱਟੀ ਉੱਲੀ ਲੱਗ ਜਾਂਦੀ ਆ ਫਿਰ ਉਹਨੂੰ ਦਾਣਾ ਨਹੀਂ ਪੈਂਦਾ ਜੇਕਰ ਇਦਾਂ ਦੀ ਕੋਈ ਪੱਤਿਆਂ ਥੱਲੇ ਵਾਲੇ ਪੱਤਿਆਂ ਤੇ ਤੁਹਾਨੂੰ ਇਹ ਦਿਖਦੀ ਆ ਜੇ ਤਾਂ ਥੋੜਾ ਥੋਂ ਆਪਣਾ ਤੁਸੀਂ ਥੋੜੇ ਥੋਂ ਚ ਲਾਈ ਆ ਤਾਂ ਥੱਲੇ ਵਾਲੇ ਪੱਤੇ ਤੋੜ ਕੇ ਕਿਸੇ ਸੁੱਟ ਦੋ ਤੁਸੀਂ ਹਨਾ ਮੱਝਾਂ ਨੂੰ ਪਾ ਦਿਓ ਡੰਗਰਾਂ ਨੂੰ ਪਾ ਦਿਓ ਜਿੱਥੇ ਮਰਜ਼ੀ ਹਨਾ ਜੇ ਤੁਸੀਂ ਬਹੁਤ ਵੱਡੇ ਲੈਵਲ ਤੇ ਕਿ ਤੁਸੀਂ ਬਾਹਰ ਕਿਤੇ ਭੇਜ ਸੇਲ ਕਰਨਾ ਆਪਣਾ ਹਨਾ ਜਿਵੇਂ ਅੱਜ ਕੱਲ ਕਿਸੇ ਨਾਲ ਤੁਸੀਂ ਕੰਟਰੈਕਟ ਕੀਤਾ ਹੋਇਆ ਤਾਂ ਫਿਰ ਤੁਸੀਂ ਧਿਆਨ ਦੇਣਾ ਤੁਸੀਂ ਨਾ ਸਕੋਰ ਦਵਾਈ ਆਉਂਦੀ ਆ 1 ml 1 ਲੀਟਰ ਪਾਣੀ ਦੇ ਹਿਸਾਬ ਨਾਲ ਸਕੋਰ ਠੀਕ ਹੈ ਤੇ ਇਹਦੀ ਅਸੀਂ ਸਪਰੇਅ ਜ਼ਰੂਰ ਦੇ ਦੇਣੀ ਹੈ ਜੇ ਸਾਨੂੰ ਇਹ ਬਿਮਾਰੀ ਔਰ ਫੁੱਲਾਂ ਤੋਂ ਪਹਿਲਾਂ ਹੀ ਦੇ ਦੇਣੀ ਹੈ ਫੁੱਲਾਂ ਜਦੋਂ ਫੁੱਲ ਆਉਣੇ ਸ਼ੁਰੂ ਹੁੰਦੇ ਆ ਨਹੀਂ ਤਾਂ ਫਿਰ ਕੀ ਹੁੰਦਾ ਕਿ ਉਹ ਪਹਿਲਾਂ ਹੀ ਹਮਲਾ ਕਰ ਜਾਂਦੀ ਆ ਠੀਕ ਹੈ ਚਿੱਟੋ ਆਉਂਦੀ ਆ ਜਾਂ ਫਿਰ ਧੱਬਿਆਂ ਦਾ ਰੋਗ ਆਉਂਦਾ ਗੋਲ ਗੋਲ ਧੱਬੇ ਪੈ ਜਾਂਦੇ ਆ ਗੋਲ ਬਿਲਕੁਲ ਗੋਲ ਹੁੰਦੇ ਜਿਵੇਂ ਟਿਮਕਣੇ ਦੇ ਵਿੱਚ ਲੱਗੇ ਹੁੰਦੇ ਆ ਜਿਵੇਂ ਸਰਕਲ ਵਾਏ ਹੁੰਦੇ ਆ ਕਿਸੇ ਨੇ ਠੀਕ ਹੈ ਜਾਂ ਫਿਰ ਪੀਲੇ ਧੱਬਿਆਂ ਦਾ ਰੋਗ ਆਉਂਦਾ ਇੱਕ ਹੋਰ ਬਿਮਾਰੀ ਪਰਸੋਂ ਇੱਕ ਕਿਸੇ ਪ੍ਰਾਈਵੇਟ 'ਚ ਸੀ ਆਪਣੀ 'ਚ ਨਹੀਂ ਹੈਗੀ ਕਿ ਨਾ ਛੋਟੇ ਬੂਟੇ ਰਹਿ ਕੇ ਗੁੱਛੇ ਮੁੱਛੇ ਹੋਏ ਆ ਬਿਲਕੁਲ ਇਕੱਠੇ ਇਕੱਠੇ ਹੁੰਦਾ ਇਹ 2-3 ਦਿੱਕਤਾਂ ਕਰਕੇ ਹੋਇਆ ਇੱਕ ਤਾਂ ਕਈ ਵਾਰ ਅਸੀਂ ਕੋਈ ਗਲਤ ਸਪਰੇਅ ਕਰ ਦਿੰਦੇ ਜਿਵੇਂ ਅਸੀਂ ਕਹਿ ਦਿੰਦੇ ਵੀ ਸਲਫਰ ਦੇ ਵਿੱਚ ਕੁਝ ਬੋਰਨ ਲਾ ਲਓ ਕੁਝ ਜ਼ਿੰਕ ਲਾ ਲਓ 3-4 ਚੀਜ਼ਾਂ ਅਸੀਂ ਜਿਹੜੀਆਂ ਹੈਗੀਆਂ ਰਲਾ ਕੇ ਕਰ ਦਿੰਦੇ ਆ ਉਹਦੇ ਨਾਲ ਜਿਹੜਾ ਹੈਗਾ ਉੱਪਰਲੀ ਸਾਰੀ ਉਹ ਤਾਂ ਸਾਰਿਆਂ ਤੇ ਆਊ ਜਿਹੜੀ ਸਪਰੇਅ ਕੀਤੀ ਹੋਈ ਸਾਰੇ ਖੇਤ 'ਚ ਜਾਂ ਦੌੜੀਆਂ 'ਚ ਆਊਗੀ ਹਨਾ ਪਰ ਜੇ ਤੁਹਾਨੂੰ ਇੱਕਾ ਦੁੱਕਾ ਬੂਟਾ ਕਿਤੇ ਦਿਖਦਾ ਨਾ ਇਹ ਵਿਸ਼ਾਣੂ ਰੋਗ ਸਰੋਂ 'ਚ ਵੀ ਆਉਣਾ ਸ਼ੁਰੂ ਹੋ ਗਿਆ ਪ੍ਰਾਈਵੇਟ ਸਰੋਂ 'ਚ ਦੇਖਿਆ ਆ ਤਾਂ ਅਸੀਂ ਇਹ ਬੂਟਾ ਪੱਟ ਕੇ ਕਿਤੇ ਨੱਪ ਦੇਣਾ ਇਹ ਜਿਵੇਂ ਆਪਣੇ ਵਿੱਚਾਂ 'ਚ ਨਹੀਂ ਆ ਜਾਂਦੇ ਠੂਠੀ ਆ ਜਾਂਦੀ ਆ ਅਸੀਂ ਕਹਿ ਦਿੰਦੇ ਕਿ ਇਹ ਜਿਹੜੇ ਹੈਗੇ ਬੂਟੇ ਪਹਿਲਾਂ ਹੀ ਕੱਢ ਦੋ ਹਨਾ ਇਦਾਂ ਹੀ ਆਲੂਆਂ 'ਚ ਵੀ ਅਸੀਂ ਕਹਿੰਦੇ ਜਿਨ੍ਹਾਂ ਨੇ ਆਲੂਆਂ ਦੀ ਖੇਤੀ ਕੀਤੀ ਆ ਤਾਂ ਉਹ ਵਿਸ਼ਾਣੂ ਰੋਗ ਵਾਲੇ ਬੂਟੇ ਅਸੀਂ ਪਹਿਲਾਂ ਹੀ ਕੱਢ ਦੇਣੇ ਆ ਤੇ ਇਹ ਜਿਹੜੀਆਂ ਸੀ ਗੱਲਾਂ ਬਾਤਾਂ ਜਿੱਦਾਂ ਹੁਣ ਮੈਂ ਦੇਖ ਰਹੀਆਂ ਨੇ ਫੁੱਲਾਂ ਵਾਲੇ ਆਪਣੇ ਜਿਹੜੇ ਹੈਗੇ ਫਲਦਾਰ ਬੂਟੇ ਵੀ ਰੱਖਿਆ ਫਲਦਾਰ ਬੂਟਿਆਂ ਤੋਂ ਦੇਖ ਕੇ ਕਿਸਾਨ ਵੀਰ ਮੈਨੂੰ ਯਾਦ ਆ ਗਿਆ ਕਿ ਫਲਦਾਰ ਬੂਟਿਆਂ ਦੇ ਉੱਤੇ ਚਿੱਟੋ ਆਈ ਹੋਈ ਅੱਜ ਕੱਲ ਆਪਣੀ ਬੇਰਾਂ ਦੇ ਉੱਤੇ ਠੀਕ ਹੈ ਜਿਹੜੇ ਬੇਰ ਜਿਹਨੇ ਕਿਸੇ ਨੇ ਆਪਣੇ ਖੇਤਾਂ 'ਚ ਲਾਏ ਹੁੰਦੇ ਆ ਤਾਂ ਚਿੱਟੇ ਚਿੱਟੇ ਧੱਬੇ ਬੇਰਾਂ ਤੇ ਲੱਗਿਆ ਫਿਰ ਤੁਸੀਂ ਕਹਿੰਦੇ ਪੂਰੀ ਟਾਹਣੀ ਸੁੱਕ ਗਈ ਜੀ ਇੱਕ ਪਾਸਾ ਹੀ ਸੁੱਕ ਗਿਆ ਹਨਾ ਬੇਰਾਂ ਤੇ ਦਾਗ ਪੈ ਗਏ ਜਿਹੜੇ ਬੇਰ ਦੇ ਉੱਤੇ ਦਾਗ ਪੈਂਦੇ ਆ ਉਹ ਚਿੱਟੋ ਕਰਕੇ ਹੁੰਦੇ ਕਿਉਂਕਿ ਇਹਨਾਂ ਦਿਨਾਂ 'ਚ ਚਿੱਟੋ ਆ ਜਾਂਦੀ ਆ ਅਸੀਂ ਦੇਖਦੇ ਆ ਜਾ ਕੇ ਫਰਵਰੀ 'ਚ ਉਦੋਂ ਤੱਕ ਉਹ ਦਾਗ ਪਾ ਜਾਂਦੀ ਹੈ ਇਹਦੇ ਲਈ ਵੀ ਕਿਸਾਨ ਵੀਰੋ ਜਿਹੜੀ ਅਸੀਂ ਆਪਣੀ ਜਿਹੜੀ ਬੇਰੀ ਦੇ ਉੱਤੇ ਜਿਹੜੀ ਸਪਰੇਅ ਦੇਣੀ ਆ ਬੇਸ਼ੱਕ ਦੀ ਅਸੀਂ ਟਿਲਟ ਦੀ ਦੇ ਜਾਈਏ ਸਪਰੇਅ ਕੋਈ ਵੀ ਸਿਸਟੈਮਿਕ ਜਿਹੜੀ ਦਵਾਈ ਦੀ ਸਾਨੂੰ ਸਪਰੇਅ ਦੇਣੀ ਪੈਣੀ ਆ ਚਿੱਟੋ ਦੇ ਵਾਸਤੇ ਤੇ ਦੂਜੀ ਗੱਲ ਇੱਕਾ ਦੁੱਕਾ ਜਗ੍ਹਾ ਦੇ ਉੱਤੇ ਮੈਂ ਲਾਖ ਦਾ ਕੀੜਾ ਦੇਖਿਆ ਆ ਜਿਹੜੀ ਬੇਰਾਂ ਦੇ ਉੱਤੇ ਨਾ ਟਾਣੀਆਂ ਸਾਈਡ ਤੇ ਸੁੱਕ ਜਾਂਦੀਆਂ ਤੇ ਉੱਥੇ ਗੂੰਦ ਜੀ ਲੱਗੀ ਹੁੰਦੀ ਆ ਟਾਣੀਆਂ ਦੇ ਉੱਤੇ ਕਿਤੇ ਕਿਤੇ ਹਨਾ ਜਿੱਥੇ ਕਿਤੇ ਸਾਨੂੰ ਇੱਕਾ ਦੁੱਕਾ ਹੀ ਗੂੰਦ ਦਿਖਦੀ ਆ ਪਰ ਉਹ ਪੂਰੀ ਟਾਣੀ ਸੁਕਾ ਦਿੰਦੀ ਆ ਇਹ ਜਿਹੜੀ ਲਾਖ ਆ ਆਪਣੇ ਸਾਊਥ ਵੱਲ ਜਦੋਂ ਅਸੀਂ ਜਾਂਦੇ ਆ ਮਹਾਰਾਸ਼ਟਰ ਵਾਲੀ ਸਾਈਡ ਇੱਧਰ ਜਾਂਦੇ ਇੱਧਰ ਲੋਕੀ ਲਾਖ ਦੀ ਖੇਤੀ ਕਰਦੇ ਆ ਉੱਥੇ ਤਾਂ ਉਹ ਲਾਖ ਪ੍ਰੋਡਿਊਸ ਕਰਦੇ ਆ ਜਿੱਦਾਂ ਆਪਾਂ ਦਫ਼ਤਰਾਂ 'ਚ ਲਾਖ ਵਰਤਦੇ ਆ ਉਹ ਜੋੜਨ ਲਈ ਹਨਾ ਪਰ ਅਸੀਂ ਆਪਣੇ ਖਾਣ ਲਈ ਰੱਖਿਆ ਤਾਂ ਇਸ ਲਈ ਇਹ ਤਾਂ ਜਿਹੜੀਆਂ ਟਾਣੀਆਂ ਨੇ ਅਸੀਂ ਪਹਿਲਾਂ ਹੀ ਨਵੰਬਰ 'ਚ ਜੇ ਸਾਨੂੰ ਲਾਖ ਵਾਲੀਆਂ ਮਿਲਦੀਆਂ ਕੱਟ ਦਈਏ ਤਾਂ ਉਸ ਟਾਈਮ ਅਸੀਂ ਇਹ ਤੇ ਕਨਫੀਡੋਰ ਦੀ ਸਪਰੇਅ ਕਰ ਦਈਏ ਤਾਂ ਜੋ ਇਹਦੇ ਜਿਹੜੇ ਅੰਦਰੋਂ ਵੀ ਪਤੰਗੇ ਨਿਕਲਦੇ ਆ ਤੇ ਅੱਗੇ ਜ਼ਿਆਦਾ ਨਾ ਫੈਲਣ ਕਿਉਂਕਿ ਕਈ ਵਾਰ ਕੀ ਹੁੰਦਾ ਸਾਨੂੰ ਪਤਾ ਹੀ ਨਹੀਂ ਲੱਗਦਾ ਕਿ ਕੋਈ ਬਿਮਾਰੀ ਨਹੀਂ ਪੱਤੇ ਤੇ ਹੁੰਦੀ ਹੈ ਨਾ ਕੋਈ ਸੁੰਡੀ ਵੀ ਨਹੀਂ ਦਿਖਦੀ ਤਾਂ ਸਾਨੂੰ ਲੱਗਦਾ ਵੀ ਟਾਣੀਆਂ ਸੁੱਕੀ ਜਾਂਦੀਆਂ ਨੇ ਠੀਕ ਹੈ ਇਹ ਲਾਖ ਦੇ ਕੀੜੇ ਕਰਕੇ ਹੁੰਦਾ ਇਦਾਂ ਹੀ ਹੁਣ ਅਮਰੂਦਾਂ ਦੇ ਉੱਤੇ ਇੱਕ ਦੋ ਜਗ੍ਹਾ ਮੈਂ ਦੇਖਿਆ ਬਿਲਕੁਲ ਕਾਲੀ ਉੱਲੀ ਜੰਮੀ ਪਈ ਆ ਹੁਣ ਅਸੀਂ ਕਹਿੰਦੇ ਆ ਵੀ ਚਿੱਟੀ ਮੱਖੀ ਜਿਹੜਾ ਹੈਗਾ ਵੀ ਉਹ ਹਗਿਆਰ ਕਰਦੀ ਆ ਤਾਂ ਫਿਰ ਉੱਤੇ ਉੱਲੀ ਆ ਜਾਂਦੀ ਆ ਹੁਣ ਉਹ ਕਹਿੰਦੇ
एक तो मिली बग आ चिट्टा चिट्टा जी आता पत्तियां दिखता वह तो असं की करना जी अपने घर लिए रखे उन्नी पत्ते कट के दब दो या कि बहर लफाफे च पा के दूर सुट दो है ना नहीं तो फिर जो असं स्प्रे देनी होंगी स्प्रेयां भी अपने को है जिदा कलोरो की दिनी आ जां प्रोफेनोफॉस की दिनी आ ठीक है पर यह भी जेडे असं खाण वास्ते रखने वो अं क्यों स्प्रे क्यों करिए बस उन्नी कटाणी कट के असी कि नप दीए या दब दीए पर जेडे बागों वाले किसान वीर आ उन्होंने जरूर जी है सूटी मोल्ड लिए स्प्रे करनी पैनी है क्योंकि बहुत ज़्यादा इदा ही किन्नू के उत्ते डक्का रोग है ना असं कहने भी किन्नू लग्या है थोड़ी देर मैडम पूरा पकदा नहीं डिग जाता है क्योंकि डक्का रोग बहुत पहला ही आ जाता है दो तीन कारण होंगे एक तो वो कीड़ा आ जाता है एक वो तुम देखोगे जितों डंडी के नाल किन्नू लग्या उत्थे दाग होगा छोटा जा ठीक है तो वो की है भी जो यदा इन्हें फल ने बनना शुरू भार बनना शुरू होंगे वो कड़क दिन उतो टुट जाता है डिग जाता तो तीजा कारण ये जिंक की घाट करके भी जोड़े है किन्नू अपने पकण तो पहला ही जोड़े है थले डिग जाते हैं इसलिए सानू देखना पैना कई बार हूँ अजकल तो किन्नुआ के उत्ते पिछे जो थ्रिप भी बड़ी आई हुई सी उत्ते ऐ लीकां जी बन जाने किन्नू के उत्ते ना बरीक 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 ऐ लगता जिम्मे कोई कीड़ा जहा फिर होंदा उहदी छिल्लड़ दे उत्ते है ना तो इदा ही अमरूदा के उत्ते भी इन्ने ज्यादा सख्त होंगे बरीक बरीक उपर काला काला जो लग्या होंदा ठीक है ये माइट करके इन्ने सख्त तुसीं देखे होणा कई बार अमरूद इन्ने कि सख्त उहदी परक हो जाती है भूरे रंग की हो जाती है ये जिहड़े कीड़े ना अगे सानू नहीं सी देखण नूं मिलदे क्योंकि अगे साडे जिहड़े लोग सी निम वरतदे सी बहुत ज्यादा निम दे घोल दियां निम दियां साबणां निम दियां स्प्रेयां करदे सी है ना जिद्दां भी जिहड़े अपने बजुर्ग सी दिवाली वेले कली पाउंदे बूटियां च है ना कली टक ला के कली करदे हुंदे सी क्योंकि मैं छोटे हुंदिया वेख्या है ना फिर होर गल्लां हुंदियां सी कि दिवाली वेले खेतां चों लिया लिया के गिद्दड़ बिड़ी घर च लाउंदे सी वी शुभ मन्नी जांदी आ अज इदां दी इह चों छतरियां खुंभां निकलनियां है ना गिद्दड़ बिड़ी भी इदां छतरी एक एक उल्ली आ असं क्यों साडे बजुर्ग कहंदे सी ना भी मैनूं नहीं पता भी साडे तां भी किन्ना क पता हो मेरी दादी कहंदी हुंदी सी जाओ लभ के लियाओ गिद्दड़ पीढ़ी तां भी ओह गिद्दड़ पीढ़ी सानूं लभण तोरदे सी सूइयां कोलों किकरां दे थल्लों गिद्दड़ पीढ़ी पट पट के लै के आउणी जिहड़ी गिद्दड़ पीढ़ी आ इह जिही उल्ली आ जिहड़े दरख्त दी जड़ च इह बहि गई उहनूं सुका देणा भावें तुहाडी टाली आ भावें तुहाडी किकर आ ते भावें तुहाडी निम आ ठीक है और हुण अजकल मैं वेख्या कि लोकां ने उह शोरूमां च रखी पई आ है ना उल्ली जिहड़ी खतरनाक सानूं खतम साडे दरख्तां नूं खतम करदी आ साडे पुराने जिहड़े हैगे आ मैं ना एक दिन एक जगह गई ते मैं देखिया उहनां ने भी शोरूम च उत्थे रखी हुई गिद्दड़ पीढ़ी है ना मैं कहा भी ये की ते कहिंदे भी इह सोहणी रखण लगी आ ईवन तुसीं कई जगह वेखी होणी आ मैं कि भी सानूं नहीं पता हुंदा भी असीं की इह जिहड़ियां नुकसान वालियां चीज़ां रखियां ने इस करके अपने खेतां दे विच जिवें हुण कई अपने दरख्त आ मतलब साडे कह लो भी ਜਿਵੇਂ ਆਪਾਂ ਨੂੰ ਹੁੰਦਾ ਨਾ ਕਿ ਧਾਰਮਿਕ ਜਗ੍ਹਾ ਦੇ ਉੱਤੇ ਕਈ ਜਗ੍ਹਾ ਦੇ ਉੱਤੇ ਜਿਵੇਂ ਹੁਣ ਕਰੀਰ ਆ ਖਤਮ ਹੋ ਗਏ ਜਿਵੇਂ ਹੁਣ ਦਰਬਾਰ ਸਾਹਿਬ 'ਚ ਬੇਰੀ ਸੀ ਉਹ ਬੇਰੀ ਦੇ ਉੱਤੇ ਲਾਖ ਦਾ ਕੀੜਾ ਸੀਗਾ ਜਿਹੜਾ ਫਿਰ ਉਹਨਾਂ ਨੇ ਸਾਡੇ ਸਾਇੰਟਿਸਟਾਂ ਨੇ ਉਹ ਕੱਟ ਕੱਟ ਕੇ ਟਰੂਨਿੰਗ ਪਰੂਨਿੰਗ ਕਰਕੇ ਉਹਨੂੰ ਦੁਬਾਰਾ ਉਵੇਂ ਦੀ ਹੋ ਗਈ ਨਾ ਦੁਬਾਰਾ ਉਹੀ ਵੇਰ ਲੱਗਣ ਲੱਗ ਗਏ ਇਸ ਕਰਕੇ ਬਿਮਾਰੀਆਂ ਤਾਂ ਹਰੇਕ ਫਸਲ ਦੇ ਉੱਤੇ ਹਰੇਕ ਚੀਜ਼ 'ਤੇ ਆਉਂਦੀਆਂ ਨੇ ਸਾਡੇ 'ਤੇ ਵੀ ਆਉਂਦੀਆਂ ਨੇ ਅਤੇ ਇਹਨਾਂ ਜੀਵ ਜੰਤੂਆਂ 'ਤੇ ਵੀ ਆਉਂਦੀਆਂ ਨੇ ਸਾਨੂੰ ਆਪਣੇ ਤਰੀਕੇ ਇਹਨਾਂ ਦਾ ਹੱਲ ਕਰਨਾ ਅੱਗੇ ਲੋਕ ਸੀ ਨਿੰਮਾਂ ਦੀਆਂ ਸਪਰੇਆਂ ਕਰਦੇ ਸੀ ਤਾਂ ਜਿਹੜੀ ਮਾਈਟ ਆ ਹੁਣ ਅਮਰੂਦਾਂ ਦੇ ਉੱਤੇ ਮਾਈਟ ਇੰਨੀ ਜ਼ਿਆਦਾ ਆਉਂਦੀ ਆ ਤਾਂ ਸਾਨੂੰ ਪਤਾ ਹੀ ਨਹੀਂ ਹੈ ਨਾ ਅਤੇ ਜੇ ਅਸੀਂ ਨਿੰਮ ਦੀਆਂ ਸਪਰੇਆਂ ਕਰਦੇ ਹੁੰਦੇ ਤਾਂ ਸਾਡੇ ਇਹਨਾਂ 'ਤੇ ਕਿਉਂਕਿ ਅੱਗੇ ਬਜ਼ੁਰਗ ਕਰ ਦਿੰਦੇ ਹੁੰਦੇ ਸੀ ਤਾਂ ਅਮਰੂਦ ਵੀ ਮਿੱਠੇ ਹੁੰਦੇ ਸੀ ਹੈ ਨਾ ਅਤੇ ਕਈ ਕਾਰਨ ਹੁੰਦੇ ਆ ਵੀ ਉਹ ਤੁਸੀਂ ਜ਼ਰੂਰ ਕਿ ਜਿਵੇਂ ਕਹਿ ਲਓ ਚਾਹੇ ਤੁਹਾਨੂੰ ਡਾਕਟਰ ਸਾਹਿਬ ਮਿਲਦੇ ਆ ਜਾਂ ਮੈਂ ਮਿਲਦੀ ਹਾਂ ਜਾਂ ਕਿ ਸਾਡੇ ਖੇੜੀ ਦਫ਼ਤਰ ਦੇ ਵਿੱਚ ਮੈਡਮ ਸਾਡੇ ਹੈਗੇ ਸਬਜ਼ੀਆਂ 'ਤੇ ਇਹ ਫਲਦਾਰ ਬੂਟਿਆਂ ਵਾਲੇ ਹੈ ਨਾ ਘਾਟਾਂ ਦੇ ਜਿਹੜੇ ਡਾਕਟਰ ਹੈਗੇ ਉੱਥੇ ਬੈਠੇ ਆ ਘਾਟਾਂ ਬਾਰੇ ਦੱਸਦੇ ਆ ਅਤੇ ਇੱਦਾਂ ਹੀ ਸਾਡੇ ਇੰਜੀਨੀਅਰ ਨੇ ਹੈ ਨਾ ਤੁਸੀਂ ਸਾਨੂੰ ਕੋਈ ਵੀ ਦਿੱਕਤ ਆਉਂਦੀ ਆ ਤੁਸੀਂ ਸਾਡਾ ਫੋਨ ਨੰਬਰ ਲੈ ਸਕਦੇ ਹੋ ਫੋਨ 'ਤੇ ਵੀ ਪੁੱਛ ਸਕਦੇ ਹੋ ਅਤੇ ਆਪਣੇ ਫੋਟੋ ਖਿੱਚ ਕੇ ਉਹਨਾਂ ਨੂੰ ਭੇਜ ਸਕਦੇ ਹੋ ਗਰੁੱਪਸ ਵੀ ਬਣੇ ਹੋਏ ਆ ਡਾਕਟਰ ਸਾਹਿਬ ਦੇ ਗਰੁੱਪ ਬਹੁਤ ਬਣਾਏ ਹੋਏ ਆ ਤੁਸੀਂ ਡਾਕਟਰ ਸਾਹਿਬ ਨੂੰ ਗਰੁੱਪ 'ਚ ਫੋਟੋ ਭੇਜ ਕੇ ਆਪਣੀ ਕਿਸੇ ਵੀ ਜਿਹੜੇ ਬਿਮਾਰੀ ਦੇ ਬਾਰੇ ਕੀੜੇ ਦੇ ਬਾਰੇ ਆਪਣਾ ਜਾਣ ਸਕਦੇ ਹੋ ਅਤੇ ਤੀਜੀ ਗੱਲ ਮੈਂ ਕਰਨੀ ਸੀ ਕਿ ਵੀ ਮੈਂ ਕ੍ਰਿਸ਼ੀ ਵਿਗਿਆਨ ਕੇਂਦਰ ਖੇੜੀ ਵਿਖੇ ਸ਼ਹਿਦ ਦੀਆਂ ਮੱਖੀਆਂ ਪਾਲਣ ਦੀ ਸਿਖਲਾਈ ਦਿੰਦੀ ਹਾਂ ਕਿਉਂਕਿ ਕਿਸਾਨ ਵੀਰ ਉਹ ਜਿਹੜੇ ਕਿਸਾਨ ਵੀਰ ਸਬਜ਼ੀਆਂ ਦਾ ਕੰਮ ਕਰਦੇ ਆ ਹੈ ਨਾ ਉਹਨਾਂ ਵਾਸਤੇ ਜਿਵੇਂ ਪਿਆਜ਼ ਦਾ ਬੀਜ ਤਿਆਰ ਕਰਨਾ ਆ ਸਰੋਂ ਦਿਖਦੀ ਆ ਮੈਨੂੰ ਇੱਥੇ ਸਾਹਮਣੇ ਹੈ ਨਾ ਸਰੋਂ ਦੇ ਤੁਸੀਂ ਇਸ ਵਾਰ ਅਜਮਾ ਕੇ ਵੇਖਿਓ ਕਿ ਇੱਕ ਏਕੜ ਦੇ ਉੱਤੇ ਤੁਸੀਂ ਇੱਕ ਤੇ ਚਾਰ ਬਕਸੇ ਚਾਹੇ ਕੋਲ ਕਿਸੇ ਦੇ ਰੱਖੇ ਮਤਲਬ ਲਿਆ ਕੇ ਰੱਖ ਲਓ ਸਾਈਡ 'ਤੇ ਹੈ ਨਾ ਸਰੋਂ ਵੱਲ ਨੂੰ ਮੂੰਹ ਕਰ ਦਿਓ ਤਾਂ ਜੋ ਮੱਖੀ ਉਹ ਸਰੋਂ 'ਤੇ ਜਾਵੇ ਅਤੇ ਇੱਕ ਤੁਸੀਂ ਕਿਤੇ ਆਪਣੇ ਦੂਰ ਉਹਦਾ ਝਾੜ ਇੱਕੋ ਹੀ ਵਰਾਇਟੀ ਲੱਗੀ ਹੋਵੇ ਅਤੇ ਤੁਸੀਂ ਝਾੜ 'ਚ ਫਰਕ ਦੇਖਿਓ ਵੀ ਜਿੱਥੇ ਤੁਸੀਂ ਬਕਸੇ ਰੱਖੇ ਹੋਣਗੇ ਉੱਥੇ ਜਿਹੜਾ ਹੈਗਾ ਸਰੋਂ ਦਾ ਝਾੜ ਵਧੂਗਾ ਜਿੱਥੇ ਨਹੀਂ ਰੱਖੇ ਉੱਥੇ ਨਾਲੋਂ ਡਬਲ ਤੱਕ ਵੀ ਵੱਧ ਜਾਂਦਾ ਆ ਕਿਉਂਕਿ ਜਿਹੜੀ ਸ਼ਹਿਦ ਦੀ ਮੱਖੀ ਹੈ ਫਸਲਾਂ ਦਾ ਪਰ ਪਰਾਗਣ ਕਰਕੇ ਜਿਹੜਾ ਬਹੁਤ ਫਾਇਦਾ ਕਰਦੀ ਆ ਕਿਉਂਕਿ ਹੁਣ
ਇੰਨੀ ਠੰਡ ਦੇ ਵਿੱਚ ਦੂਜੀਆਂ ਮੱਖੀਆਂ ਤਾਂ ਬਹੁਤ ਆਉਂਦੀਆਂ ਨੇ, ਜਿਵੇਂ ਆਪਣੇ ਹੁਣ ਦੂਜੀਆਂ ਮੱਖੀਆਂ ਵੀ ਥੋੜਾ ਬਹੁਤ ਪਰਾਗਣ ਕਰਦੀਆਂ ਨੇ, ਪਰ ਇੰਨੀ ਠੰਡ ਦੇ ਵਿੱਚ ਜਿਹੜੀਆਂ ਦੂਸਰੀਆਂ ਮੱਖੀਆਂ ਉਹ ਬਾਹਰ ਨਹੀਂ ਆਉਂਦੀਆਂ। ਸ਼ਹਿਦ ਦੀ ਮੱਖੀ ਧੁੱਪ ਦੇ ਟਾਈਮ ਆਊ, ਜਦੋਂ ਵੀ ਆਊਗੀ ਉਹਨੇ ਉਹਦਾ ਨਾਲੇ ਤਾਂ ਆਪਣਾ ਕੰਮ ਕਰਨਾ, ਉਹਨੇ ਉਹ ਤੋਂ ਨੈਕਟਰ ਲੈ ਜਾਣਾ ਫੁੱਲ ਚੋਂ, ਹਨਾ, ਉਹ ਖਾਲੀ ਕਰ ਦੇਣੀ ਉਹਦੀ ਗੁਥਲੀ ਜੀ, ਤੇ ਜੋ ਗੁਥਲੀ ਖਾਲੀ ਹੋ ਜਾਣੀ ਹੈ ਤੇ ਉਹ ਨਾਲੇ ਉਹਨੇ ਜਿਹੜਾ ਹੈਗਾ ਉੱਥੋਂ ਜਦੋਂ ਪਰਾਗ ਇਕੱਠਾ ਕਰਨਾ, ਆਪਣੀਆਂ ਤਾਂ ਟੋਕਰੀਆਂ ਪੂਰੀਆਂ ਭਰ ਲੈਂਦੀ ਆ, ਹਨਾ, ਉਹਦੀਆਂ ਪਿਛਲੀਆਂ ਲੱਤਾਂ ਤੇ ਪਰਾਗ ਟੋਕਰੀਆਂ ਲੱਗੀਆਂ ਹੁੰਦੀਆਂ ਨੇ, ਪਰ ਜਦੋਂ ਇੱਕ ਫੁੱਲ ਤੋਂ ਦੂਜੇ ਫੁੱਲ ਤੇ ਜਾਂਦੀ ਆ ਉਹ ਮਾੜੀ ਜਿਹੀ ਟੋਕਰੀ ਹਿੱਲ ਹੁੱਲ ਕੇ ਫਿਰ ਡੁੱਲ ਕੇ ਪੈ ਜਾਂਦਾ ਆ, ਇਸ ਕਰਕੇ ਆਪਣੇ ਆਪ ਹੀ ਹੋ ਜਾਂਦਾ ਪਰ ਪਰਾਗਣ, ਉਹ ਕਰਨ ਨਹੀਂ ਆਉਂਦੀ ਕਿਉਂਕਿ ਉਹ ਤਾਂ ਆਪਣਾ ਸਮਾਨ ਭਰਦੀ ਪਈ ਆ, ਆਪਣੀਆਂ ਟੋਕਰੀਆਂ ਭਰਦੀ ਪਈ ਆ, ਹਨਾ, ਪਰ ਆਪਣੇ ਆਪ ਹੀ ਅੱਗੇ ਨਾਲੇ ਪੁੰਨ ਨਾਲੇ ਫਲੀਆਂ ਆਪਣੇ ਆਪ ਹੀ ਫਾਇਦਾ ਹੋ ਜਾਂਦਾ ਸਾਡਾ, ਹਨਾ। ਇਸ ਲਈ ਤੁਸੀਂ ਕੋਈ ਵੀ ਸਬਜ਼ੀਆਂ ਦਾ ਕੰਮ ਜੇ ਕਰਨ ਲੱਗੇ ਹੋ, ਹੁਣ ਕੱਦੂ ਕਰੇਲੇ ਜੋ ਵੀ ਤੁਸੀਂ ਲਾਉਂਦੇ ਹੋ, ਕਈ ਵਾਰ ਅਸੀਂ ਕਹਿੰਦੇ ਗਰਮੀਆਂ 'ਚ ਫਲ ਨਹੀਂ ਲੱਗਦਾ, ਉਹ ਜ਼ਿਆਦਾ ਗਰਮੀ ਕਰਕੇ ਕਈ ਵਾਰ ਕੀ ਹੁੰਦਾ ਕਿ ਪਰ ਪਰਾਗਣ ਨਹੀਂ ਹੁੰਦਾ, ਜਿਹਦੀ ਵਜ੍ਹਾ ਕਰਕੇ ਫਿਰ ਅਸੀਂ ਕਹਿੰਦੇ ਵੀ ਤੁਸੀਂ ਹੱਥਾਂ ਨਾਲ ਕਰੋ, ਹਨਾ, ਹੱਥਾਂ ਨਾਲ ਪਰਾਗ ਕਰੋ, ਹੱਥ ਨਾਲ ਇਹ ਜਿਹੜਾ ਫੀਮੇਲ ਜਿਹੜਾ ਹੈਗਾ ਮੇਲ ਫਲਾਵਰ ਆ ਉਹਨੂੰ ਫੀਮੇਲ ਫਲਾਵਰ ਤੇ ਪਾ ਕੇ ਤੁਸੀਂ ਉਹਦਾ ਪਰਾਗ ਕਰੋ, ਹਨਾ। ਇੱਦਾਂ ਦੀਆਂ ਬਹੁਤ ਤਕਨੀਕਾਂ ਹੁੰਦੀਆਂ ਨੇ ਜਿਹੜੀਆਂ ਸਾਨੂੰ ਜਾਣ ਕੇ ਪਤਾ ਲੱਗਦਾ। ਹੁਣ ਅਸੀਂ ਦੋ ਬਕਸੇ ਰੱਖੇ ਹੋਣਗੇ, ਇੰਨੀ ਸਰਦੀ ਦੇ ਵਿੱਚ ਘਰ ਵਿੱਚ ਆਪਣੇ ਪਰਿਵਾਰ ਆਪਣੇ ਬੱਚਿਆਂ ਨੂੰ ਅਸੀਂ ਸ਼ਹਿਦ ਖਵਾਵਾਂਗੇ, ਅਸੀਂ ਖੰਡ ਪਾਉਂਦੇ ਹਾਂ ਚਾਹ ਦੇ ਵਿੱਚ ਦੁੱਧ ਦੇ ਵਿੱਚ, ਹਨਾ, ਉੱਥੋਂ ਵੀ 40-50 ਰੁਪਏ ਕਿਲੋ ਖੰਡ ਲਿਆਉਂਦੇ ਹਾਂ, ਇੰਨਾ ਤਾਂ ਖਰਚਾ ਆਉਂਦਾ ਵੀ ਨਹੀਂ ਉਹ ਬਕਸੇ ਦਾ, ਆਪਣੇ ਆਪ ਹੀ ਮੱਖੀ ਨੇ ਇੱਧਰੋਂ ਉੱਧਰੋਂ ਜਾ ਕੇ ਆਪਣਾ ਸਮਾਨ ਇਕੱਠਾ ਕਰ ਲੈਣਾ, ਠੀਕ ਹੈ। ਅਸੀਂ ਖੰਡ ਦੀ ਜਗ੍ਹਾ ਤੇ ਜਦੋਂ ਸ਼ਹਿਦ ਵਰਤਾਂਗੇ ਸਾਡੀ ਸਿਹਤ, ਕਿਉਂਕਿ ਸ਼ਹਿਦ ਦੇ ਵਿੱਚ ਬਹੁਤ, ਜਿਵੇਂ ਡਾਕਟਰ ਸਾਹਿਬ ਨੇ ਖੁੰਭਾਂ 'ਚ ਦੱਸਿਆ ਨਾ ਕਿ ਬਹੁਤ ਗੁਣਕਾਰੀ ਹੁੰਦਾ, ਸ਼ਹਿਦ ਵੀ ਬਹੁਤ ਗੁਣਕਾਰੀ ਹੁੰਦਾ, ਠੀਕ ਹੈ। ਸ਼ਹਿਦ ਦੇ ਵਿੱਚ ਬਹੁਤ ਚੀਜ਼ਾਂ ਹੁੰਦੀਆਂ ਨੇ, ਹੁਣ ਸਾਨੂੰ ਖਾਂਸੀ ਜ਼ੁਕਾਮ ਸਰਦੀ, ਜਿੱਥੇ ਅਸੀਂ ਕਹਿੰਦੇ ਵੀ ਆਪਾਂ ਕਾਜੂ ਮੇਵੇ ਲਿਆਓ ਜਾਂ ਕੀ ਹੁੰਦੇ ਆ ਉੱਥੋਂ ਦੁਕਾਨ ਤੋਂ ਖਰੀਦਾਂਗੇ, ਇੰਨੇ ਮਹਿੰਗੇ ਮਹਿੰਗੇ, ਸਾਨੂੰ ਕੀ ਪਤਾ ਉੱਥੇ ਕਿੰਨੀਆਂ ਕੁ ਸਪਰੇਆਂ ਹੁੰਦੀਆਂ ਨੇ, ਆਪਾਂ ਕਿਹੜਾ ਜਾ ਕੇ ਵੇਖਿਆ ਆ ਨਾ, ਹਨਾ, ਕਿੰਨੀਆਂ ਕਾਜੂ ਦੇ ਉੱਤੇ ਕਿੰਨੀ ਜ਼ਿਆਦਾ ਸਪਰੇ ਤੁਸੀਂ ਇੱਥੇ ਇਸੇ ਤੇ ਗਰੇਵਲ ਫਾਰਮ ਤੇ ਤੁਸੀਂ ਆਉਂਦੀ ਰਹਿੰਦੇ ਹੋ, ਸਾਡਾ ਇੱਥੇ ਸਾਰਾ ਨਾ ਗੇੜਾ ਗੁਆ ਉੱਥੇ ਵੀ ਗੇੜਾ ਦੇ ਕੇ ਜਾਓ, ਇੱਥੇ ਵੀ ਗੇੜਾ ਦੇ ਕੇ ਜਾਓ, ਸਾਰਾ ਕੁਝ ਕਰਕੇ ਜਾਣਾ ਤੇ ਆਪਣੇ ਮਨ 'ਚ ਇਹ ਸਾਨੂੰ ਪਤਾ ਮੈਂ ਕੱਲ ਕਰਨੀ ਆ, ਠੀਕ ਹੈ, ਸਵੇਰੇ ਸਵੇਰੇ ਇਸ ਵਕਤ ਤੇ 7 ਵਜੇ ਆਪਣਾ ਮੂੰਹ ਬੰਦ ਕਰ ਦੋ ਉਹਦਾ ਬਕਸਾ, ਕਿਉਂਕਿ ਧੁੰਦ 'ਚ ਤਾਂ ਮੱਖੀ ਬਾਹਰ ਨਹੀਂ ਨਿਕਲਦੀ ਠੰਡ 'ਚ ਜਦੋਂ, ਠੀਕ ਹੈ, ਸਵੇਰੇ ਟਾਈਮ ਅਸੀਂ ਜਦੋਂ ਮੂੰਹ ਬੰਦ ਕਰ ਦਾਂਗੇ ਮੱਖੀ ਬਾਹਰ ਨਹੀਂ ਜਾਊਗੀ, ਸ਼ਾਮ ਨੂੰ ਫਿਰ ਖੋਲ ਦਿਓ, ਰਾਤ ਨੂੰ ਠੀਕ ਹੀ ਰਹੂਗੀ, ਸਵੇਰ ਨੂੰ ਜੇ ਤੁਹਾਨੂੰ ਲੱਗਦਾ ਕਿ ਵੈਸੇ ਤਾਂ ਇੱਕ ਦਿਨ ਅਸਰ ਰਹਿੰਦਾ ਆ, ਨਹੀਂ ਤਾਂ ਅਗਲੇ ਦਿਨ ਫਿਰ ਦੁਬਾਰਾ ਬੰਦ ਕਰ ਦਿਓ, ਨਾ ਤਾਂ ਮੱਖੀ ਜਾਊਗੀ ਜ਼ਹਿਰ ਵਾਲਾ ਪੋਲਨ ਲੈਣ ਤੇ ਸਾਨੂੰ ਵੀ ਜਿਹੜਾ ਜ਼ਹਿਰ ਮੁਕਤ ਜਿਹੜਾ ਹੈਗਾ ਸ਼ਾਇਦ ਮਿਲ ਜਾਊਗਾ, ਹਨਾ। ਇਹ ਜਿਹੜੀਆਂ ਛੋਟੀਆਂ ਛੋਟੀਆਂ ਚੀਜ਼ਾਂ ਆਪਣੇ ਘਰ 'ਚ, ਜਿਵੇਂ ਡਾਕਟਰ ਸਾਹਿਬ ਨੇ ਖੁੰਭਾਂ ਬਾਰੇ ਦੱਸਤਾ, ਜੇ ਤੁਸੀਂ ਸਬਜ਼ੀਆਂ ਬਾਰੇ ਦੱਸਿਆ ਸੀ, ਸਬਜ਼ੀਆਂ ਆਪਣੀਆਂ ਘਰੇ ਉਹ ਉਗਾ ਸਕਦੇ ਹਾਂ, ਇੱਦਾਂ ਅਸੀਂ ਆਪਣਾ ਜਿਹੜਾ ਸ਼ਾਇਦ ਆ ਘਰ ਰੱਖਾਂਗੇ ਤਾਂ ਅਸੀਂ, ਹੁਣ ਥੋੜਾ ਬਹੁਤ ਆਪਣਾ ਗੰਨਾ ਸੀ, ਕਿਉਂਕਿ ਹਰ ਬੰਦਾ ਤਾਂ ਗੁੜ ਵੀ ਨਹੀਂ ਆਪਣਾ ਗੰਨਾ ਵੀ ਇੰਨਾ ਤਿਆਰ ਨਹੀਂ ਕਰ ਸਕਦਾ, ਉਹ ਤਾਂ ਚਲੋ ਅਸੀਂ ਖਰੀਦ ਲੈਂਦੇ ਹਾਂ, ਪਰ ਜੇ ਅਸੀਂ ਚੀਨੀ ਦੀ ਜਗ੍ਹਾ ਦੇ ਉੱਤੇ ਸ਼ਹਿਦ ਵਰਤਣ ਲੱਗ ਜਾਈਏ ਨਾ ਤਾਂ ਇਹਦਾ ਸਾਨੂੰ ਬਹੁਤ ਫਾਇਦਾ ਹੁੰਦਾ ਆ, ਠੀਕ ਹੈ। ਆਪਣੇ ਕਿਤੋਂ ਲੈਣ ਨਹੀਂ ਜਾਣਾ, ਹੁਣ ਲੈਣ ਜਾਵਾਂਗੇ 400 ਰੁਪਏ ਦੀ ਸ਼ੀਸ਼ੀ ਆਉਂਦੀ ਹੈ ਦੁਕਾਨ ਤੋਂ, ਹਨਾ, ਉਹ ਛੋਟੀ ਜੀ 400-500 ਤੋਂ ਘੱਟ ਨਹੀਂ, ਔਰ ਇਹ ਵੀ ਨਹੀਂ ਪਤਾ ਉਹ ਅਸਲੀ ਆ ਕਿ ਨਕਲੀ ਆ, ਕਿਉਂਕਿ ਅੱਜ ਕੱਲ੍ਹ ਕਿਸਾਨ ਵੀਰੋ ਸਾਰਾ ਕੁਝ ਨਕਲੀ ਆਉਣਾ ਸ਼ੁਰੂ ਹੋ ਗਿਆ, ਸ਼ਹਿਦ ਜਿਹੜਾ ਨਕਲੀ ਆ ਨਾ, ਜੇ ਅਸੀਂ ਹੁਣ ਤੁਸੀਂ ਇੱਕ ਕਿਸਾਨ ਵੀਰ ਖੇੜੀ ਤੋਂ ਸ਼ਹਿਦ ਲੈ ਕੇ ਗਿਆ ਕਿ ਉਹ ਸ਼ਹਿਦ ਉਹਦਾ ਜੰਮ ਗਿਆ, ਇਹ ਕਹਿੰਦਾ ਜੀ ਨਕਲੀ ਆ, ਕਿਉਂਕਿ ਜਿਹੜਾ ਨਕਲੀ ਸ਼ਹਿਦ ਆ ਉਹ ਕਦੇ ਵੀ ਨਹੀਂ ਜੰਮਦਾ, ਠੀਕ ਹੈ, ਤੇ ਜਿਹੜਾ ਅਸਲੀ ਸ਼ਹਿਦ ਉਹ ਜੰਮੂਗਾ, ਜਿਵੇਂ ਹੁਣ ਅੱਜ ਕੱਲ੍ਹ ਸਰੋਂ ਤੋਂ ਜਿੰਨਾ ਸ਼ਹਿਦ ਤੁਹਾਡਾ ਆਊਗਾ ਉਹ ਸਾਰਾ ਜੰਮੂਗਾ, ਕਿਉਂਕਿ ਸ਼ਹਿਦ ਦੇ ਵਿੱਚ 2 ਤਰ੍ਹਾਂ ਦੀਆਂ ਸ਼ੂਗਰਸ ਹੁੰਦੀਆਂ ਨੇ, ਇਹ ਇੱਕ ਗਲੂਕੋਜ਼ ਤੇ ਇੱਕ ਫਰਕਟੋਜ਼, ਜਿਹੜੀ ਮੱਖੀ ਆ ਇਹ ਗੁਰ ਰੱਬ ਨੇ ਮੱਖੀ ਨੂੰ ਹੀ ਦਿੱਤਾ ਕਿ ਉਹ, ਕਿਉਂਕਿ ਜਦੋਂ ਅਸੀਂ ਇਹਦੇ ਤੇ ਜਾਂਦੀ ਆ ਮੱਖੀ ਕਿਸੇ ਵੀ ਫੁੱਲਾਂ ਤੇ ਜਾਂਦੀ ਆ ਉਹਦੇ ਵਿੱਚ ਪੋਲੀ ਸ਼ੂਗਰਸ ਹੁੰਦੀਆਂ ਨੇ, ਠੀਕ ਹੈ, ਬਹੁਤ ਖੰਡਾਂ ਹੁੰਦੀਆਂ ਨੇ, ਇਹ ਗੁਰ ਸਿਰਫ ਮੱਖੀ ਨੂੰ ਦਿੱਤਾ ਰੱਬ ਨੇ ਕਿ ਬਹੁਤ ਖੰਡਾਂ ਨੂੰ ਇਕੈਰੀਆਂ ਖੰਡਾਂ 'ਚ ਬਦਲ ਦਿੰਦੀ ਆ, ਉਹ ਫੁੱਲ ਤੇ ਜਾਂਦੀ ਆ ਉਹਦਾ ਉਹਦਾ ਰਸ ਲੈ ਕੇ ਆਉਂਦੀ ਆ, ਨੈਕਟਰ ਲੈ ਕੇ ਆਉਂਦੀ ਆ, ਉਹ ਆਪਣੇ ਅੰਦਰ ਲੈ ਜਾਂਦੀ ਆ, ਉਹਦੀ ਬਾਡੀ ਦੇ ਵਿੱਚ ਸਟਮਕ ਦੇ ਵਿੱਚ ਇੰਜ਼ਾਈਮੈਟਿਕ ਰਿਐਕਸ਼ਨਸ ਹੁੰਦੀਆਂ ਨੇ, ਉਹ ਇੱਕ ਵਾਰ ਆਪਣੇ ਅੰਦਰ ਲੈ ਜਾਂਦੀ ਆ, ਉਹਨੂੰ ਕਨਵਰਟ ਕਰਕੇ ਫਿਰ ਉਹ ਜਿਹੜੇ ਸੈੱਲਾਂ ਦੇ ਵਿੱਚ ਭਰਦੀ ਆ, ਠੀਕ ਹੈ, ਉਹ ਬਾਹੋ ਖੰਡਾਂ ਨੂੰ ਇਕੈਰੀਆਂ ਖੰਡਾਂ 'ਚ ਕਨਵਰਟ ਕਰਦੀ ਆ, ਤੇ ਜਿਹੜਾ ਉਹ ਇੱਥੋਂ ਨੈਕਟਰ ਲੈ ਕੇ ਜਾਂਦੀ ਆ ਸਰੋਂ ਦੇ ਫੁੱਲਾਂ ਤੋਂ, ਉਹਨੂੰ ਉਹ ਗਲੂਕੋਜ਼ 'ਚ ਕਨਵਰਸ਼ਨ ਹੁੰਦੀ ਆ ਜ਼ਿਆਦਾ, ਤੇ ਜਿਹੜਾ ਜਿਵੇਂ ਆਪਾਂ ਕਹਿੰਦੇ ਸਫੈਦੇ ਦਾ ਸ਼ਹਿਦ ਆ ਜਾਂ ਮਲਟੀ ਦਾ ਆ, ਹਨਾ, ਉਹ ਜਿਹੜੀ ਕਨਵਰਸ਼ਨ ਫਰੈਕਟੋਜ਼ 'ਚ ਕਰਦੀ ਆ, ਹਨਾ, ਪਰ ਜਿਹੜੇ ਬਾਹਰਲੇ ਦੇਸ਼ ਆ ਉਹ ਗਲੂਕੋਜ਼ ਵਾਲਾ ਸ਼ਹਿਦ ਜ਼ਿਆਦਾ ਪਸੰਦ ਕਰਦੇ ਆ, ਆਪਣਾ ਜਿੰਨਾ ਜੰਮਿਆ ਹੋਇਆ ਸ਼ਹਿਦ ਆ ਸਾਰਾ ਐਕਸਪੋਰਟ ਹੁੰਦਾ ਬਾਹਰ, ਕਿਉਂਕਿ ਸਾਡੇ ਲੋਕ ਪਸੰਦ ਨਹੀਂ ਕਰਦੇ ਜੰਮਿਆ ਹੋਇਆ ਸ਼ਹਿਦ, ਅਸੀਂ ਖਾਂਦੇ ਹੀ ਨਹੀਂ ਹੈਗੇ, ਅਸੀਂ ਕਹਿੰਦੇ ਜੀ ਇਹ ਤਾਂ ਨਕਲੀ ਆ, ਹਨਾ, ਜਾਂ ਸਾਨੂੰ ਵਹਿਮ ਹੁੰਦਾ ਵੀ ਇਹ 'ਚ ਮੋਮ ਪਾਈ ਹੁੰਦੀ ਆ, ਜਦੋਂ ਅਸੀਂ ਆਪ ਘਰੇ ਤਿਆਰ ਕਰਾਂਗੇ ਆਪ ਖਾਵਾਂਗੇ ਸਾਨੂੰ ਪਤਾ ਲੱਗੂ ਵੀ ਹਾਂ ਇਹ ਤਾਂ ਮੈਂ ਆਪ ਹੀ ਕੱਢਿਆ ਉਹ ਕਰਕੇ, ਹੁਣ ਤੁਸੀਂ ਇਹਦਾ ਡੂਮਣੇ ਦਾ ਸ਼ਹਿਦ ਕੱਢਿਆ ਹੋਣਾ, ਉਹ ਕੱਢਦੇ ਕੱਢਦੇ ਕਿੰਨਾ ਪਤਲਾ ਹੁੰਦਾ ਉਹ ਜੰਮ ਜਾਂਦਾ, ਹਨਾ, ਆ ਲੱਡੂ ਮੱਖੀ ਦਾ ਹੁੰਦਾ, ਇਸ ਕਰਕੇ
ਤੇ ਕਦੇ ਵੇਖਿਆ ਉਹ ਕਿੱਥੋਂ ਲੈਂਦੇ ਆ, ਉਹਨਾਂ ਨੇ ਕਿਹੜਾ ਬਕਸੇ ਰੱਖੇ ਆ? ਨਹੀਂ ਰੱਖੇ ਨਾ, ਉਹ ਸਾਡੇ ਜਿਹੜੇ ਜਿਹੜੇ ਬੀ ਕੀਪਰਾਂ ਨੇ ਬਕਸੇ ਰੱਖੇ ਹੋਏ ਆ ਉਹਨਾਂ ਤੋਂ ਉਹ ਉਹਨਾਂ ਤੋਂ ਸ਼ਾਇਦ ਚੱਕਦੇ ਆ, ਔਰ ਇੰਨੇ ਸਸਤੇ ਰੇਟ ਤੇ ਚੱਕਦੇ ਆ 80-80 ਰੁਪਏ ਕਿਲੋ, ਉਹੀ ਸ਼ਾਇਦ ਤੁਹਾਡਾ ਹੀ ਸ਼ਾਇਦ ਪ੍ਰੋਸੈਸ ਕਰਕੇ ਬਕਸੇ ਉਹਨਾਂ 'ਚ ਡੱਬੀਆਂ 'ਚ ਪਾ ਕੇ ਆ ਜਾਂਦਾ ਹੈ। ਔਰ ਇਹ ਵੀ ਗਰੰਟੀ ਨਹੀਂ ਹੁੰਦੀ ਵੀ ਉਹਦੇ 'ਚ ਕਿੰਨਾ ਕੁ ਸਹੀ ਆ ਕਿ ਕਿੰਨਾ ਕੁ ਨਕਲੀ ਆ, ਹੈ ਨਾ? ਇਸ ਕਰਕੇ ਕਿਉਂਕਿ ਤੁਸੀਂ ਆਪਣਾ ਸ਼ਾਇਦ ਖੁਦ ਵੀ ਪ੍ਰੋਸੈਸ ਕਰਕੇ ਵੇਚ ਸਕਦੇ ਹੋ। ਪ੍ਰੋਸੈਸਿੰਗ 'ਚ ਕੀ ਆ, ਕਿਉਂਕਿ ਅਸੀਂ ਸ਼ਾਇਦ ਨੂੰ ਕਹਿੰਦੇ ਆ ਵੀ ਕਦੇ ਵੀ ਡਾਇਰੈਕਟ ਹੀਟਿੰਗ ਨਹੀਂ ਦੇਣੀ ਸ਼ਾਇਦ ਨੂੰ, ਹੈ ਨਾ? ਜਦੋਂ ਅਸੀਂ ਕਈ ਵਾਰ ਸਿੱਧਾ ਨਹੀਂ ਗਰਮ ਕਰਨਾ, ਇਨਡਾਇਰੈਕਟ ਹੀਟਿੰਗ ਦੇਣੀ ਆ। ਮੰਨ ਲਓ ਅਸੀਂ ਆਪਣੇ ਘਰੇ ਤੁਸੀਂ 4 ਬਕਸੇ ਰੱਖੇ ਹੋ ਜੋ ਸ਼ਾਇਦ ਕੱਢਿਆ, ਤੁਸੀਂ ਕਹਿੰਦੇ ਵੀ ਅਸੀਂ ਤਾਂ ਜੰਮਿਆ ਹੋਇਆ ਸ਼ਾਇਦ ਨਿਕਲਿਆ, ਅਸੀਂ ਨੂੰ ਪਸੰਦ ਬੱਚੇ ਨਹੀਂ ਪਸੰਦ ਕਰਦੇ ਖਾਣਾ। ਵੈਸੇ ਤੁਸੀਂ ਕਦੇ ਖਾ ਕੇ ਵੇਖਿਓ, ਇੰਨਾ ਵਧੀਆ ਲੱਗਦਾ ਨਾ ਉਹ, ਜਿਵੇਂ ਦਾਣੇਦਾਰ ਖੋਆ ਹੁੰਦਾ ਨਾ ਘਰ 'ਚ, ਉਵੇਂ ਦਾ ਹੁੰਦਾ। ਕਦੇ ਖਾ ਕੇ ਦੇਖੋ, ਇੱਕ ਵਾਰ ਸ਼ਾਇਦ ਜੰਮਿਆ ਹੋਇਆ ਸ਼ਾਇਦ ਖਾਣ ਲੱਗੇ, ਤੁਸੀਂ ਦੂਜਾ ਸ਼ਾਇਦ ਕਦੇ ਵੀ ਨਹੀਂ ਖਾਓਗੇ, ਇੰਨਾ ਉਹਦੇ ਸਵਾਦ ਦਾ ਫਰਕ ਹੁੰਦਾ ਹੈ, ਰਿਐਲਿਟੀ 'ਚ ਹੁੰਦਾ। ਇੱਕ ਤਾਂ ਸਰੋਂ ਦੇ ਉੱਤੇ ਸਪਰੇਆਂ ਨਹੀਂ ਹੁੰਦੀਆਂ ਆਪਣੇ, ਹੈ ਨਾ? ਸਰਦੀਆਂ ਦੇ ਵਿੱਚ ਆਪਾਂ ਬਹੁਤ ਘੱਟ ਸਪਰੇ ਕਰਦੇ ਹਾਂ, ਕੋਈ ਬਿਮਾਰੀ ਨਹੀਂ, ਕੋਈ ਕੀੜਾ ਨਹੀਂ ਆਉਂਦਾ, ਉਹ ਜਿਹੜਾ ਹੁੰਦਾ ਜ਼ਿਆਦਾ ਸਹੀ ਹੁੰਦਾ, ਅਸਲੀ ਜਿਵੇਂ ਕਹਿ ਲਓ ਵੀ ਉਹ 'ਚ ਜ਼ਿਆਦਾ ਗੁਣਕਾਰੀ ਹੁੰਦਾ। ਅਤੇ ਦੂਜਾ, ਜੇ ਤੁਹਾਨੂੰ ਵਹਿਮ ਹੀ ਵੀ ਆ ਤਾਂ ਅਸੀਂ ਉਹਨੂੰ ਹੀਟਿੰਗ ਦੇ ਸਕਦੇ, ਉਹਨੂੰ ਗਰਮ ਕਰ ਸਕਦੇ, ਜਾਂ ਤਾਂ ਉਹਨੂੰ ਅਸੀਂ ਧੁੱਪ 'ਚ ਰੱਖ ਦਿਉ, ਆਪਣੇ ਆਪ ਕਨਵਰਸ ਪਿਘਲ ਜਾਂਦਾ ਉਹ, ਜਾਂ ਫਿਰ ਅਸੀਂ ਉਹਨੂੰ ਇਨਡਾਇਰੈਕਟ ਹੀਟਿੰਗ ਦਿੰਦੇ ਹਾਂ। ਕੋਈ ਟੱਬ ਜਾਂ ਜਿਵੇਂ ਆਪਣੇ ਗੁਰਦੁਆਰੇ 'ਚ ਹੁੰਦਾ ਵੱਡਾ, ਉਹਦੇ 'ਚ ਪਾਣੀ ਪਾਓ, ਉਹਨੂੰ ਉਬਾਲਣਾ, ਜਿਹੜੇ ਭਾਂਡੇ 'ਚ ਮਤਲਬ ਬਾਲਟੀ ਆ ਜਾਂ ਕੁਛ ਵੀ ਆ ਜਿੰਨਾ ਤੁਹਾਡਾ ਸ਼ਹਿਦ ਆ ਉਹਦੇ ਵਿੱਚ ਰੱਖ ਦਿਉ, ਮਤਲਬ ਸਿੱਧਾ ਅੱਗ 'ਤੇ ਨਹੀਂ ਰੱਖਣਾ, ਉਬਲਦੇ ਪਾਣੀ ਦੇ ਵਿੱਚ ਅਸੀਂ ਰੱਖ ਦੇਣਾ ਉਹਨੂੰ, ਅੱਧਾ ਪੌਣਾ ਘੰਟਾ, 35-40 ਮਿੰਟ ਅੰਦਾਜ਼ੇ ਨਾਲ ਉਹਦੇ 'ਚ ਅਸੀਂ ਕੋਈ ਕੜਛੀ ਜਾਂ ਉਹ ਫੇਰੀ ਜਾਣੀ ਆ, ਹੈ ਨਾ? ਉਹਦੇ ਨਾਲ ਕੀ ਆ ਕਿ ਉਹ ਨਾ ਥੋੜ੍ਹੇ ਬਬਲਸ ਦੀ ਫਾਰਮ ਦੇ ਵਿੱਚ ਉਹ ਆਪਣੇ ਆਪ ਹੀ ਜਿਹੜਾ ਹੈਗਾ ਉਹ ਖੁੱਟ ਜਾਂਦਾ ਸਾਰਾ, ਅਤੇ ਬਿਲਕੁਲ ਐਂ ਪਤਲਾ ਸ਼ਹਿਦ ਬਣ ਜਾਣਾ। ਤੁਸੀਂ ਉਹੀ ਸ਼ਹਿਦ ਜੰਮਿਆ ਹੋਇਆ ਸ਼ਹਿਦ ਤੁਹਾਨੂੰ ਫਿਰ ਉਹਨੂੰ ਤੁਸੀਂ ਟੱਚ ਕਰਕੇ ਦੇਖਣਾ ਆਪਣੇ ਇੱਥੇ, ਮਤਲਬ ਕਿ ਸਾਨੂੰ ਇੱਦਾਂ ਹੁੰਦਾ ਕਿ ਜਦੋਂ ਸਾਨੂੰ ਇਸ ਜਗ੍ਹਾ ਦੇ ਉੱਤੇ ਚੁਭੇ ਇੱਕਦਮ, ਹੈ ਨਾ, ਉਦੋਂ ਅਸੀਂ ਉਹਨੂੰ ਬੰਦ ਕਰ ਦੇਣਾ ਹੈ ਥੱਲੋਂ, ਕਹਿ ਲਓ ਘੱਟ ਅੱਗ 'ਤੇ ਰੱਖਣਾ ਹੁੰਦਾ। ਉਸ ਤੋਂ ਬਾਅਦ ਅਸੀਂ ਉਹ ਸ਼ਹਿਦ ਨੂੰ ਕਿਤੇ ਵੀ ਅਸੀਂ ਆਪਣੇ ਕਮਰੇ 'ਚ ਲੈ ਜਾਓ, ਜਦੋਂ ਠੰਡਾ ਹੋ ਗਿਆ ਫਿਰ ਅਸੀਂ ਸ਼ੀਸ਼ਿਆਂ 'ਚ ਭਰ ਦੇਣਾ। ਠੀਕ ਹੈ, ਇਹ ਅਸੀਂ ਦਿੱਤੀ ਅੰਡਰ, ਜਿਹੜਾ ਕਹਿ ਲਓ ਵੀ ਧੱਕੇ ਨਾਲ ਅਸੀਂ ਉਹਨੂੰ ਕਨਵਰਟ ਕੀਤਾ। ਅਤੇ ਜਿਹੜੇ ਪ੍ਰੋਸੈਸਿੰਗ ਪਲਾਂਟ ਆ ਉਹਦੇ ਵਿੱਚ ਇਹੀ ਕਰਦੇ ਆ, ਅੰਡਰ ਹੀਟ ਜਿਹੜਾ ਹੈਗਾ ਵਾਟਰ ਪਾਈਪਸ ਦੇ ਥਰੂ ਲੰਘਾ ਕੇ ਉਹਨੂੰ ਪ੍ਰੋਸੈਸ ਕਰਦੇ ਆ। ਅਤੇ ਜਦੋਂ ਉਹ ਉਹਨਾਂ ਪਾਈਪਾਂ ਦੇ ਵਿੱਚੋਂ ਦੀ ਸ਼ਹਿਦ ਜਾਂਦਾ, ਕਿਉਂਕਿ ਸਾਈਡਾਂ ਦੇ ਉੱਤੇ ਗਰਮ ਪਾਣੀ ਦੀਆਂ ਪਾਈਪਾਂ ਹੁੰਦੀਆਂ, ਜਿੰਨੇ ਵੀ ਆਪਣੇ ਬਣੇ ਹੋਏ ਆ ਪ੍ਰੋਸੈਸਿੰਗ ਪਲਾਂਟਸ, ਕਿਤੇ ਵੀ ਜਿੱਦਾਂ ਮਲੇਰਕੋਟਲੇ ਬਣੇ ਆ ਜਾਂ ਟਿਵਾਣੇ ਵਾਲੇ ਬਣੇ ਆ, ਉਹਨਾਂ ਦੇ ਇੱਦਾਂ ਹੀ ਆ ਅੰਡਰ ਹੀਟ ਜਿਹੜਾ ਹੈਗਾ ਉਹਨੂੰ ਪ੍ਰੋਸੈਸ ਕਰਦੇ ਆ, ਅੰਡਰ ਪ੍ਰੈਸ਼ਰ ਕਰਕੇ ਉਹ ਫਟਾਫਟ ਪਤਾ ਨਹੀਂ ਕਿੰਨੇ ਕੁਇੰਟਲਾਂ ਦੇ ਵਿੱਚ ਪ੍ਰੋਸੈਸ ਕਰ ਕਰਕੇ ਉਹਦੇ 'ਚ ਪਾ ਪਾ ਕੇ ਉਹ ਬਾਹਰ ਭੇਜਦੇ ਆ। ਠੀਕ ਹੈ, ਅਤੇ ਕਈ ਵਾਰ ਅਸੀਂ ਹੁਣ ਕਹਿੰਦੇ ਹੁੰਦੇ ਗੁਆਂਢੀ ਤੋਂ ਅਸੀਂ ਸ਼ਹਿਦ ਲੈਣਾ ਅਸੀਂ ਚੰਗਾ ਨਹੀਂ ਸਮਝਦੇ, ਅਸੀਂ ਕਹਿੰਦੇ ਜੀ ਅਸਾਂ ਪਤਾ ਦੁਕਾਨ ਤੋਂ ਲਿਆਵਾਂਗੇ, ਅਸਲੀ ਲਿਆਵਾਂਗੇ, ਉਹਦਾ ਅਸਲੀ ਹੁੰਦਾ ਹੈ ਅਸਲੀ, ਉਹ ਤਾਂ ਸਾਹਮਣੇ ਕਦੇ ਕੱਢਦਾ ਕਦੇ ਵੇਖਿਓ, ਹੈ ਨਾ? ਇਹ ਜਿਹੜੀਆਂ ਚੀਜ਼ਾਂ ਸੀ ਕਿਸਾਨ ਵੀਰੋ ਥੋੜ੍ਹੀਆਂ ਜਿਹੀਆਂ। ਬਾਕੀ ਤੁਹਾਡਾ ਕੋਈ ਕਿਸੇ ਫਸਲ ਦੇ ਬਾਰੇ ਕੋਈ ਸਵਾਲ ਹੋਵੇ, ਮਤਲਬ ਕੋਈ ਬਿਮਾਰੀ ਕੀੜੇ ਦੇ ਬਾਰੇ, ਤਾਂ ਮੈਂ ਜਵਾਬ ਦੇਵਾਂਗੀ। ਮੈਡਮ ਜੀ, ਆਲੂ ਲਾਏ ਹੋਏ ਆਪਣੇ? ਹਾਂਜੀ। ਤੇ ਆਲੂਆਂ ਦੇ ਵਿੱਚ ਕੋਈ ਕੋਈ ਪੇਡਾਂ ਮਤਲਬ ਸੁੰਗੜੀ ਜਾਂਦਾ ਜੀ? ਅੱਛਾ, ਵਿਸ਼ਾਣੂ ਰੋਗ ਆ ਗਿਆ। ਹਾਂ ਜੀ, ਉਹ ਮਤਲਬ ਜਿਵੇਂ ਵਾਇਰਸ ਆ ਗਿਆ, ਉਹ ਤੁਹਾਨੂੰ ਬੂਟੇ ਕੱਟਣੇ ਪੈਣੇ। ਇੱਕ ਆਲੂਆਂ ਦੇ ਵਿੱਚ ਹੋਰ ਦਿੱਕਤ ਆਉਂਦੀ ਆ, ਆਲੂ ਦੇ ਉੱਤੇ ਨਾ ਖਰੀਂਡ ਰੋਗ ਆਉਂਦਾ, ਆਲੂ ਦੇ ਉੱਤੇ ਮਿੱਟੀ ਜੀ ਲੱਗੀ ਹੁੰਦੀ ਹੈ ਨਾ, ਜਦੋਂ ਤੁਸੀਂ ਬੀਜ ਲੈ ਕੇ ਆਉਣਾ ਮਿੱਟੀ ਲੱਗੀ ਵਾਲਾ ਆਲੂ ਨਹੀਂ ਵਿੱਚ ਪਾਉਣਾ, ਉਹ ਮਿੱਟੀ ਨਹੀਂ ਲੱਗੀ ਹੁੰਦੀ, ਉਹ ਇਹ ਜੀ ਮਤਲਬ ਕਾਲਾ ਕਾਲਾ ਜਿਹਾ ਲੱਗਿਆ ਹੁੰਦਾ, ਉਹਦੇ ਨਾਲ ਇਹ ਉੱਲੀ ਦਾ ਕਣ ਹੁੰਦਾ, ਅਸੀਂ ਉਹਨੂੰ ਲਾਉਣ ਦੀ ਕੋਸ਼ਿਸ਼ ਕਰਦੇ ਹਾਂ, ਲੈਂਦਾ ਨਹੀਂ, ਹੈ ਨਾ? ਧੋਣ ਦੀ ਕੋਸ਼ਿਸ਼ ਕਰਦੇ ਹਾਂ, ਧੋਤਾ ਨਹੀਂ ਜਾਂਦਾ, ਇਹ ਉੱਲੀ ਦਾ ਕਣ ਹੁੰਦਾ ਜਿਹਨੂੰ ਅਸੀਂ ਖਰੀਂਡ ਰੋਗ ਕਹਿੰਦੇ ਹਾਂ। ਠੀਕ ਹੈ, ਤੇ ਇਹਦਾ ਬੀਜ ਜਦੋਂ ਸਾਡੇ ਖੇਤ 'ਚ ਬਹਿ ਜਾਂਦਾ ਆ, ਕਈ ਵਾਰ ਦੇਖ ਆਪਣੇ ਤਾਂ ਵੈਸੇ ਹਜੇ ਘੱਟ ਆ ਬਿਮਾਰੀ ਇੱਧਰ ਬਹੁਤ ਆ ਹੁਸ਼ਿਆਰਪੁਰ ਇੱਧਰ ਲੁਧਿਆਣੇ ਵੱਲ, ਤੇ ਫਿਰ ਇੱਕਦਮ ਹੀ ਸੌਂ ਜਾਂਦੀਆਂ ਨੇ ਬਿੱਲਾਂ, ਹੈ ਨਾ? ਕਿਵੇਂ ਜਦੋਂ ਆਲੂ ਅੱਜ ਥੋੜ੍ਹਾ ਇੰਨਾ ਕੀ ਸਾਈਜ਼ ਬਣਦਾ ਹੈ ਕਿ ਉੱਤੇ ਕੋਈ ਬਿਮਾਰੀ ਨਹੀਂ, ਪੱਤਿਆਂ ਦੇ ਉੱਤੇ ਨਾ ਝੁਲਸ ਰੋਗ, ਅਰਲੀ ਬਲਾਈਟ ਹੁੰਦੀ ਆ ਨਾ ਲੇਟ ਬਲਾਈਟ, ਕੋਈ ਬਿਮਾਰੀ ਨਾ ਗੇਤਾ ਨਾ ਪਛੇਤਾ ਝੁਲਸ ਰੋਗ, ਕੋਈ ਦਿੱਕਤ ਵੀ ਨਹੀਂ ਹੁੰਦੀ, ਤਾਂ ਇੱਕਦਮ ਹੀ ਸੌਂ ਜਾਂਦੇ ਆ, ਡਿੱਗਣ ਲੱਗ ਜਾਂਦੀਆਂ ਲੱਗਣਾ। ਤਾਂ ਤੁਸੀਂ ਦੇਖੋਗੇ ਤਣੇ ਦੇ ਉੱਤੇ ਨਾ ਆ ਜਿਹੜਾ ਤਣਾ, ਜਿਵੇਂ ਆਪਣੇ ਝੋਨੇ 'ਤੇ ਆਉਂਦਾ ਹੀ ਆ ਆਪਣੀ ਸ਼ੀਥ ਬਲਾਈਟ ਆਉਂਦੀ ਆ, ਹੈ ਨਾ? ਉਹਦੇ ਵੀ ਕਣੇ ਹੁੰਦੇ ਆ, ਇੱਥੋਂ ਸ਼ੁਰੂ ਹੁੰਦਾ ਇਹ, ਇੱਥੇ ਇੱਕ ਦਾਗ ਹੁੰਦੇ ਆ ਭੂਰੇ ਜਿਹੇ ਰੰਗ ਦੇ, ਬਸ ਉੱਥੇ ਹੀ ਬੇਲਾਂ ਸੌਂ ਜਾਂਦੀਆਂ ਨੇ। ਇਹ ਵੀ ਜਿਹੜੀ ਹੈਗੀ ਬਿਮਾਰੀ ਆਲੂ ਦੀ, ਜਿਹਨੂੰ ਅਸੀਂ ਖਰੀਂਡ ਰੋਗ ਕਹਿੰਦੇ ਹਾਂ, ਬੀ ਤੋਂ ਵੀ ਆਉਂਦੀ ਆ, ਤੇ ਇਹਦੇ ਵਾਸਤੇ ਅਸੀਂ ਜਿਹੜੀ ਦਵਾਈ ਲਾਉਂਦੇ ਹਾਂ ਮੈਸਟੋਪ੍ਰਾਈਮ ਜਿਹੜੀ ਲਾਉਂਦੇ ਹਾਂ ਨਾ 83 ml, ਹੈ ਨਾ? ਅੱਗੇ ਜਿਹੜੀ ਮੌਨਸਰਨ ਲਾਉਂਦੇ ਹੁੰਦੇ ਸੀ ਤੁਸੀਂ, ਪਾਈਆ ਮੌਨਸਰਨ, ਤੁਸੀਂ ਉਹ 100 ਲੀਟਰ ਪਾਣੀ 'ਚ ਘੋਲ ਕੇ ਆਲੂ ਡਬੋਂਦੇ ਆ ਨਾ ਜਿਹੜੇ, ਤਾਂ ਹੁਣ ਡਬੋਂਦੇ ਨਹੀਂ ਤੁਸੀਂ? ਨਹੀਂ, ਉਹ ਨਹੀਂ, ਆਲੂ ਦੇ, ਆਲੂ ਨੂੰ ਅਸੀਂ ਬੀਜ ਰਹਿਤ ਕਰਕੇ ਹੀ ਬੀਜਣਾ, ਕਦੇ ਵੀ ਬਿਨਾਂ ਦਵਾਈ ਲਾਏ ਬਿਨਾਂ ਆਲੂ ਨਹੀਂ ਬੀਜਣਾ। ਸਾਡਾ ਜਿਹੜਾ ਆਲੂਆਂ ਦੀਆਂ ਅੱਧੀਆਂ ਬਿਮਾਰੀਆਂ ਬੀਜ ਤੋਂ ਆਉਂਦੀਆਂ ਨੇ। ਠੀਕ ਹੈ, ਹੁਣ ਮਤਲਬ ਕਈ ਕਿਸਾਨ ਵੀਰ, ਮੈਨੂੰ ਮੈਨੂੰ ਨਹੀਂ ਪਤਾ ਤੁਸੀਂ ਕਿਹਾ ਵੀ ਨਹੀਂ ਲਾਉਂਦੇ, ਪਰ ਕਿਸਾਨ ਵੀਰ ਕਈ ਲਾਉਂਦੇ, ਮੌਨਸਰਨ ਦਵਾਈ ਪਾਈਆ ਲੈਂਦੇ ਸੀ
ਉਹਦੇ ਨਾਲ ਕੀ ਹੁੰਦਾ ਕਿ ਉਹ ਦਵਾਈ ਅਸਰ ਕਰ ਜਾਂਦੀ ਹੈ, ਅੰਦਰ ਤੱਕ ਚਲੀ ਜਾਂਦੀ ਹੈ, ਇਹ ਉੱਲੀ ਦੇ ਕਣ ਹੁੰਦੇ ਆ, ਫਿਰ ਉਹ ਮਤਲਬ ਉਹ ਰੋਗ ਰਹਿਤ ਹੋ ਜਾਂਦਾ, ਫਿਰ ਹੀ ਅਸੀਂ ਆਲੂ ਦੀ ਬਿਜਾਈ ਕਰਨੀ ਹੈ। ਤੇ ਦੂਜਾ ਜਦੋਂ ਛਾਂਟੀ ਕਰਨੀ ਆ ਆਲੂ ਦਾ ਬੀਜ ਲੈ ਕੇ ਆਉਣਾ, ਉਹ 'ਚ ਦੇਖਣਾ ਵੀ ਅਸੀਂ ਕੋਈ ਦਾਗੀ ਆਲੂ, ਜਾਂ ਕਈ ਵਾਰ ਉੱਤੋਂ ਹੀ ਇੱਕ ਪਾਸਿਓਂ ਕੁਲਾਹਾ ਮਾਰਦਾ ਹੁੰਦਾ, ਜਿਵੇਂ ਝੁੱਲ ਉੱਧਰੋਂ ਜਦੋਂ ਜਲੰਧਰ ਵੱਲੋਂ ਬੀਜ ਲੈ ਕੇ ਆਉਂਦੇ ਉੱਧਰੋਂ ਜ਼ਰੂਰ ਚੰਗੀ ਤਰ੍ਹਾਂ ਛਾਂਟ ਸਵਾਰ ਕੇ ਲੈ ਕੇ ਆਇਆ ਕਰੋ। ਤੇ ਜਿਹੜੇ ਆਲੂ ਦੇ ਉੱਤੇ ਸਾਨੂੰ ਲੱਗੇ ਮਿੱਟੀ ਜੀ ਲੱਗੀ ਹੋਈ ਆ, ਉਹ ਆਲੂ ਅਸੀਂ ਵਿੱਚ ਕੋਸ਼ਿਸ਼ ਕਰੀਏ ਨਾ ਪਾਈਏ, ਹੈ ਨਾ। ਕਿਉਂਕਿ ਇਹ ਜਿਹੜਾ ਜਿੰਨਾ ਵੀ ਹੈਗਾ, ਜਾਂ ਤਾਂ ਹੀ ਤਾਂ ਅਸੀਂ ਕਹਿੰਦੇ ਹਾਂ ਕਿ ਤੰਦਰੁਸਤ ਬੀਜ ਤੰਦਰੁਸਤ ਫਸਲ ਦੀ ਨਹੀਂ ਹੁੰਦੀ ਆ। ਅਸੀਂ ਆਲੂ ਦੇ ਬੀਜ ਨੂੰ ਦਵਾਈ ਲਾ ਲਈਏ, ਅਸੀਂ ਟੈਨਸ਼ਨ ਫਰੀ ਹੋ ਜਾਵਾਂਗੇ, ਠੀਕ ਹੈ। ਬਾਅਦ ਚੋਂ ਕੋਈ ਬਿਮਾਰੀ ਨਹੀਂ ਛੇਤੀ ਛੇਤੀ ਲੱਗ ਆਉਂਦੀ, ਹੈ ਨਾ। ਕਿਉਂਕਿ ਜਦੋਂ ਥੱਲਿਓਂ ਬੀਜ ਤੰਦਰੁਸਤ ਹੋਊਗਾ, ਆਪਾਂ ਕਹਿੰਦੇ ਜਿਹੜਾ ਬੰਦਾ ਨਰੋਆ ਹੋਊਗਾ ਤੇ ਉਹਨੂੰ ਛੇਤੀ ਕੋਈ ਬਿਮਾਰੀ ਨਹੀਂ ਪਕੜਦੀ। ਹੁਣ ਸਾਡਾ ਬੀਜ ਬਿਮਾਰ ਆ, ਫਿਰ ਉਹਦੇ ਸਾਰਾ ਕੁਛ ਹੀ ਆ ਜਾਂਦਾ ਬਾਅਦ ਵਿੱਚ, ਨਾ। ਇਹ ਤੁਸੀਂ ਵਿਸ਼ਾਣੂ ਰੋਗ ਵਾਲੇ ਬੂਟੇ ਤੁਸੀਂ ਵਿੱਚੋਂ ਕੱਟ ਦਿਓ, ਕੱਟ ਦਿਓ। ਹਾਂਜੀ, ਕਾਲਾ ਜਿਹਾ ਕਿਵੇਂ ਹੈਗਾ ਤੁਹਾਡੇ ਕੋਲ? ਹੁਣ ਬੂਟਾ ਲੈ ਕੇ ਆਇਓ, ਫੋਟੋ ਦੇ। ਉਹ ਜੀ ਬਾਈ, ਇਹ ਦੋ ਤਰ੍ਹਾਂ ਦੀਆਂ ਬਿਮਾਰੀਆਂ ਆਉਂਦੀਆਂ ਨੇ। ਹੁਣ ਪਿੱਛੇ ਜੇ ਜਿਉਂ ਜਿਉਂ ਪਿੱਛੇ ਗਰਮੀ ਜ਼ਿਆਦਾ ਰਹੀ ਜਾਂਦੇ ਨੇ, ਤੇ ਪੱਤੇ ਜੇ ਤਾਂ ਪੱਤਿਆਂ ਦੇ ਕਿੰਗਰਿਆਂ ਤੋਂ ਉਹ ਭੂਰੇ ਹੋ ਜਾਣ ਤੇ ਪਾਣੀ ਭਿੱਜੇ ਹੋ ਜਾਣ, ਸਮਝੋ ਖੇਤਾਂ ਚੋਂ ਹੋ ਗਏ। ਜੇ ਉਹ ਸੁੱਕੇ ਹੋਣ, ਸਮਝੋ ਪਟਾਸ ਦੀ ਘਾਟ ਹੈ। ਜੇ ਵਿੱਚ ਧੱਬੇ ਨੇ ਪੱਤਿਆਂ ਦੇ, ਫਿਰ ਗੇਤਾ ਚੋਂ ਸ਼ੁਰੂ ਹੋ ਗਿਆ। ਇਹ ਦੇਖਣਾ ਪਊਗਾ ਵੀ ਕੀ ਚੀਜ਼ ਆ ਸਾਨੂੰ ਮੇਰਾ, ਹੈ ਉਹਨਾਂ ਉਹਨਾਂ ਵਾਸਤੇ ਮੇਰਾ ਨਾ ਕਲੰਡਰ ਬਣਾਇਆ ਹੋਇਆ ਆਲੂਆਂ ਵਾਸਤੇ। ਉਹ ਕਲੰਡਰ ਦੇ ਵਿੱਚ ਕਦੋਂ ਕਿਹੜੀ ਕਿਹੜੀ ਸਪਰੇ ਕਰਨੀ ਹੈ, ਕਦੋਂ ਕਦੋਂ ਕਰਨੀ ਹੈ, ਉਹ ਸਾਰਾ ਕੁਛ ਲਿਖਿਆ ਹੋਇਆ ਜੀ, ਇਕੱਲਾ ਇਕੱਲਾ ਪੁਆਇੰਟ ਬਣਾ ਕੇ। ਤੇ ਕਿਹੜੀਆਂ ਕਿਹੜੀਆਂ ਤੱਤਾਂ ਦੀਆਂ ਸਪਰੇਆਂ ਕਰਨੀਆਂ ਵੀ ਆਲੂ ਵਧੀਆ ਨਿਕਲੇ, ਚਿੱਟਾ ਆਲੂ ਨਿਕਲੇ ਤੇ ਨਰੋਆ ਨਿਕਲੇ, ਉਹ ਤੁਹਾਨੂੰ ਮੈਂ ਨੰਬਰ ਨੋਟ ਕਰ ਲਉਂਦਾ ਬਾਈ ਦਾ, ਮੈਂ ਤੁਹਾਨੂੰ ਵਟਸਐਪ 'ਤੇ ਭੇਜ ਦੂੰਗਾ। ਉਹ ਸਪਰੇਆਂ ਦਾ ਪੂਰਾ ਕਾਉਂਟਰ ਬਣਿਆ ਹੋਇਆ, ਇੱਕ ਤੇ ਤੱਤਾਂ ਵਾਲੀਆਂ ਸਪਰੇਆਂ ਕਰਨੀਆਂ ਨੇ, ਉਹ ਹੈ ਪੈਨ ਨਾਲ ਲਿਖਿਆ ਹੋਇਆ, ਇੱਕ ਤੇ ਲਿਖਿਆ ਹੋਇਆ ਟਾਈਪ ਕੀਤਾ ਹੋਇਆ, ਉਹ ਤੁਹਾਡੇ ਹੈਗੇ ਜਿਹੜਾ ਹੈਗਾ ਜਿੰਨੀਆਂ ਵੀ ਬਿਮਾਰੀਆਂ ਲੱਗਦੇ ਨੇ ਉਹਨਾਂ ਦੇ ਵਾਸਤੇ ਰੋਕਥਾਮ ਵਾਸਤੇ। ਉਹ ਮੈਡਮ ਤੁਹਾਡਾ ਬੜਾ ਬੜਾ ਧੰਨਵਾਦ। ਉਹ ਕਿਸਾਨ ਵੀਰੋ, ਦੇਖੋ ਆਪਾਂ ਖੇਤ 'ਚ ਇਕੱਠੇ ਹੁੰਦੇ ਹਾਂ ਜਾਂ ਪਿੰਡ 'ਚ ਇਕੱਠੇ ਹੁੰਦੇ ਹਾਂ, ਕੁਛ ਨਾ ਕੁਛ ਵਿਗਿਆਨੀ ਤੁਹਾਨੂੰ ਆਪਦੀਆਂ ਧਾਰਨਾ ਦੇ ਕੇ ਕਿਸੇ ਕਿਸੇ ਨਾ ਕਿਸੇ ਕਿਸਾਨ ਦੀ ਸਫਲ ਕਹਾਣੀ ਦੱਸ ਕੇ ਜਾਂ ਕੋਈ ਸਮੱਸਿਆ ਦੱਸ ਕੇ ਤੁਹਾਨੂੰ ਸੰਬੋਧਨ ਕਰਦੇ ਨੇ। ਅਤੇ ਕਈ ਵਾਰੀ ਇਹ ਹੁੰਦਾ ਵੀ ਮੇਰੀ ਚਾਹੇ ਸਮੱਸਿਆ ਨਹੀਂ ਹੁੰਦੀ, ਹੋਰ ਕਿਸੇ ਦੀ ਹੁੰਦੀ ਹੈ, ਉਹ ਸਾਂਝੀ ਹੋ ਜਾਂਦੀ ਹੈ ਸਾਰੀ। ਸੋ ਇਹ ਜਿਹੜੀਆਂ ਇੱਕ ਵਿਗਿਆਨੀਆਂ ਦੀਆਂ ਅਤੇ ਤੁਹਾਡੀਆਂ ਕਿਸਾਨ ਮੰਡੀਆਂ ਨੇ, ਇਹਨਾਂ ਦੇ ਫਾਇਦੇ ਨੇ। ਖੇਤ 'ਚ ਇਕੱਠੇ ਹੋਣ ਦਾ ਫਾਇਦਾ ਇਹ ਆ ਵੀ ਤੁਸੀਂ ਇੱਥੇ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਹੁੰਦੀ, ਆਹ ਖੇਤ ਦੇਖ ਲਓ, ਉਹ ਦੇਖ ਲਓ, ਰਸਤੇ ਹੋਰ ਵੀ ਖੇਤ ਦਿਖਣਗੇ ਵੀ ਫਾਰਮਰ ਕੀ ਕੁਛ ਕਰ ਰਹੇ ਆ। ਉਹ ਫਾਰਮਰ ਨੂੰ ਜਾ ਕੇ ਪੁੱਛੋ ਵੀ ਬਾਈ ਜੀ ਇਹ ਤੁਸੀਂ ਕੀ ਕਰ ਰਹੇ ਹੋ, ਪਹਿਲਾਂ ਕਿੰਨਾ ਕੀਤਾ ਸੀ, ਹੁਣ ਤੁਸੀਂ 4-5 ਕਿੱਲੇ ਲਾਈ ਬੈਠੋ, ਕਿੰਨੇ ਕੁ ਦਾ ਕਾਗਜ਼ਾ ਪੈਂਦਾ, ਕਿੰਨੇ ਕੁ ਦਾ ਸਰੀਆ ਪੈਂਦਾ ਅਤੇ ਕਿੰਨਾ ਖਰਚਾ ਆ ਜਾਂਦਾ ਅਤੇ ਕੀ ਤੁਹਾਡੀ ਆਮਦਨ ਹੈ। ਉਹ ਇਹ ਗੱਲਾਂ ਚਾਹੇ ਆਪਾਂ ਖੇਤੀ ਨਹੀਂ ਕਰਨੀ ਚਾਹੁੰਦਾ, ਇਹ ਤਾਂ ਵੀ ਸਾਨੂੰ ਇਹ ਚੀਜ਼ਾਂ ਦਾ ਜਿਹੜਾ ਗਿਆਨ ਆ ਉਹ ਹੋਣਾ ਜ਼ਰੂਰੀ ਆ। ਸੋ ਮੈਡਮ ਜੀ ਤੁਹਾਡਾ ਬੜਾ ਬੜਾ ਧੰਨਵਾਦ। ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸਾਰਿਆਂ ਨੂੰ ਜੀ ਆਇਆਂ ਆਖਦਾ ਜੀ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ, ਅਤੇ ਇੰਨਾ ਕੀਮਤੀ ਸਮਾਂ ਕੱਢ ਕੇ ਆਏ ਹੋ। ਅਤੇ ਮੈਂ ਜਿਹੜੀ ਗੱਲ ਕਰਨ ਜਾ ਰਿਹਾ ਜੀ, ਮੈਂ ਬੈਕਟੀਰੀਆ ਦੀ ਗੱਲ ਕਰਨ ਜਾ ਰਿਹਾ ਜੀ। ਸਾਰੇ ਕਿਸਾਨਾਂ ਦੀ ਇਹ ਸਮੱਸਿਆ ਜੀ, ਮੈਂ ਪਿੱਛੇ ਜੇ ਬੜੂ ਸਾਹਿਬ ਵੀ ਜਾ ਕੇ ਆਇਆ, ਉੱਥੇ ਵੀ ਇਹ ਸਮੱਸਿਆ ਅਤੇ ਆਪਣੇ ਵੀ ਬਹੁਤ ਸਮੱਸਿਆ ਜੀ, ਨਿੰਮਾ ਤੋੜ ਦੀ। ਜਿਹੜੀ ਨਿੰਮਾ ਤੋੜ ਦੀ ਆਪਣੀ ਪ੍ਰੋਬਲਮ ਬਹੁਤ ਜ਼ਿਆਦਾ ਹੈ ਜੀ। ਨਿੰਮਾ ਤੋੜ ਦਾ ਜਿਹੜਾ ਕੀੜਾ ਉਹ 7 ਪ੍ਰਕਾਰ ਦਾ, ਜਿੱਥੇ ਤੱਕ ਮੈਂ ਖੋਜ ਕੀਤੀ ਹੈ ਯੂਨੀਵਰਸਿਟੀ ਰਾਹੀਂ ਵੀ ਅਤੇ ਹੋਰ ਵੀ ਮੈਂ ਇਹਦੀ ਰਿਸਰਚ ਕੀਤੀ ਹੈ। ਜਿਹੜੇ ਆਪਾਂ ਕਹਿ ਦਿੰਦੇ ਹਾਂ ਵੀ ਆਪਣੇ ਬੂਟੇ ਨਹੀਂ ਚੱਲਦੇ, ਫਲਾਂ ਦੇ ਬੂਟੇ ਨਹੀਂ ਚੱਲਦੇ, ਅਤੇ ਜਿਹੜੇ ਆਪਣੇ ਸਬਜ਼ੀਆਂ ਦੇ ਬੂਟੇ ਨੇ ਉਹ ਵੀ ਕਦੇ ਖੜਜੇ ਜਾਂਦੇ ਨੇ, ਨਾ ਉਹ ਜਿਉਂਦਿਆਂ 'ਚ ਹੁੰਦੇ ਨੇ ਨਾ ਉਹ ਮਰਿਆਂ 'ਚ ਹੁੰਦੇ ਨੇ। ਇਹ ਜਿਹੜਾ ਨਿੰਮਾ ਤੋੜ ਦਾ ਕੀੜਾ ਹੈ ਜੀ, ਜਿੱਥੇ ਤੱਕ ਮੈਂ ਸੁਣਿਆ ਜੀ, ਬਾਕੀ ਸਾਨੂੰ ਡਾਕਟਰ ਸਾਹਿਬ ਦੱਸਣਗੇ। ਨਿੰਮਾ ਤੋੜ ਦਾ ਮਤਲਬ ਵੀ ਜੜਾਂ 'ਚ ਮੌਕੇ 'ਚ ਨਿਕਲ ਆਉਂਦੇ ਨੇ? ਹਾਂਜੀ, ਮਤਲਬ ਕਿ ਜੜਾਂ ਦੇ ਵਿੱਚ ਉਹ ਗੰਢਾਂ ਕਰ ਦਿੰਦਾ ਜੀ। ਉਹ ਕੀ ਕਰਦਾ ਜੀ, ਜੜਾਂ ਬਾਲ ਤੋਂ ਵੀ ਉਹ ਬਰੀਕ ਹੁੰਦਾ ਕੀੜਾ, ਉਹਦੇ ਵਿੱਚ ਦੀ ਲੰਘ ਕੇ ਉਹ ਉਹਦੀਆਂ ਗੰਢਾਂ ਬਣਾਉਂਦਾ ਜੀ, ਉਹਦੇ ਵਿੱਚ ਆਂਡੇ ਛੱਡ ਦਿੰਦਾ ਆਪਣੇ। ਅਤੇ ਜੇ ਮੇਰੇ ਸੁਣਨ ਦੇ ਮੁਤਾਬਕ ਜੇ ਆਪਾਂ ਉਹਦੇ ਵਿੱਚ ਕੋਈ ਜ਼ਹਿਰ ਪਾਉਂਦੇ ਹਾਂ ਤਾਂ ਉਹ ਨੀਚੇ ਚਲਾ ਜਾਂਦਾ ਜੀ, 5 ਫੁੱਟ ਨੀਚੇ ਚਲਾ ਜਾਂਦਾ। ਅਤੇ ਇਹਦੇ ਇਹਦਾ ਵਧੀਆ ਇਲਾਜ, ਸਭ ਤੋਂ ਵਧੀਆ ਇਲਾਜ ਹੈ ਜੀ ਗੇਂਦਾ। ਜੇ ਆਪਾਂ ਦੇਸੀ ਗੇਂਦਾ ਲਾਉਂਦੇ ਹਾਂ ਤਾਂ ਨਿੰਮਾ ਤੋੜ ਦੀ ਜਿਹੜੀ ਸ਼ਿਕਾਇਤ ਹੈ ਬਹੁਤ ਘੱਟ ਆਉਂਦੀ ਹੈ। ਜਾਂ ਫਿਰ ਇਹਦੇ ਬੈਕਟੀਰੀਆ ਆਉਂਦਾ ਜੀ, ਜਿਵੇਂ ਵਲਟੀਸੀਲੀਅਮ ਸਾਲਟ ਹੈ ਜੀ ਇੱਕ, ਅਤੇ ਨਾਲ ਹੀ ਆਪਾਂ ਜੇ ਕੰਪਨੀਆਂ ਦੀ ਗੱਲ ਕਰੀਏ, ਆਈ ਪੀ ਐਲ ਕੰਪਨੀ ਦਾ ਆਉਂਦਾ ਜੀ ਨਮੈਟੋ ਫਰੀ ਦੇ ਨਾਮ 'ਤੇ, ਟੀਸਟਨ ਕੰਪਨੀ ਦਾ ਆਉਂਦਾ ਜੀ ਨਿੰਮਾ ਟੌਨ, ਅਤੇ ਇੱਕ ਆਉਂਦਾ ਜੀ, ਕਈ ਕੰਪਨੀਆਂ ਦੇ ਅਲੱਗ ਅਲੱਗ ਆਪਣੇ ਆਪਣੇ ਨਾਮ ਨੇ, ਕੋਈ ਵੀ ਆਪਾਂ ਪਾ ਸਕਦੇ ਹਾਂ। ਅਤੇ ਮੈਂ 2 ਸਾਲ ਤੋਂ ਜਦੋਂ ਪਾ ਰਿਹਾ, ਮੇਰੇ ਇੱਕ ਵੀ ਕੋਈ ਬੂਟਾ ਕੋਈ ਖੜਿਆ ਨਹੀਂ, ਕੋਈ ਅੜਿਆ ਨਹੀਂ ਹੈਗਾ ਜੀ। ਤੁਸੀਂ ਫਲਾਂ ਦੇ, ਮੇਰੇ ਫਲਾਂ ਦੇ ਬੂਟੇ ਲਾਏ ਨੇ, ਸਿਰਫ 6 ਮਹੀਨੇ ਹੋਏ ਨੇ ਲਾਏ ਨੂੰ, ਤੁਸੀਂ ਦੇਖ ਸਕਦੇ ਹੋ। ਹਰੇਕ ਬੰਦਾ ਯਕੀਨ ਨਹੀਂ ਕਰਦਾ ਵੀ 6 ਮਹੀਨੇ ਹੋ ਗਏ ਇਹਨਾਂ ਨੂੰ ਲਾਇਆ ਨੂੰ। ਅਤੇ ਬਾਕੀ ਗੱਲ ਰਹਿ ਗਈ ਜੀ ਫੰਗਸਾਂ ਦੀ, ਜਿਵੇਂ ਕਈ ਪ੍ਰਕਾਰ ਦੀਆਂ ਫੰਗਸਾਂ ਨੇ ਜੀ, ਉਹਦੇ ਵਾਸਤੇ ਮੈਂ ਵਰਤਦਾ ਜੀ ਸਿਡੋਮਨਾਸ ਜਾਂ ਸੰਜੀਵਨੀ।
भी एक बैक्टीरिया ने जी जेडे ये जिहड़ियां दुश्मन फंगसा ने इन्हां नूं खाण वास्ते इन्हां दी खुराक की जिहड़ा ये सिडोमनास की खुराक है ये फंगस ही है। मतलब कि जदों का मैं पाउणा मेरे एक भी कोई बूटा नहीं आपां तुहानूं सारिआं नूं खेत दे विच जाके दिखावांगे। इसलिए मेरा कहण दा ये मतलब है भी कई किसान वीरां दी शिकायत आउण लग जांदी है भी कोई भी आपां वधिया तों वधिया बीज लाउने आ जिवें इंदरा होगी किन्नी वधिया वरायटी है जी शिमला मिर्च की वह भी कई बार किसी वीर दे अड़ जांदी है। इसलिए मैं यही गल कहना भी पहला आपां इह जमीन तैयार करन वेले जदों खाद पाउणे आ तां इह आपां नूं जरूर इह पाउणी चाहीदी है। ते बाकी गल करदे आ जी मेहनत दी जी बाकी जिहड़ी अपने पंजाब दे विच ही बहुत कुछ है जी बाबे नानक दी धरती है जी इन्ना क आशीर्वाद है जी परमात्मा दा इत्थे हर तरां दा मौसम है। इत्थे जदों फरवरी तों ला के अप्रैल दे विच अंग्रेज़ इत्थे धुप्प सेकण आउंदे ने सिर्फ धुप्प नाल अपनियां बीमारियां ठीक करन आउंदे ने। फिर आपां जिहड़े आपां तैयार हुंदे आं बाहर बाहर वल नूं भजदे आं अपने बच्चों नूं भी बाहर भेजदे आं जी। मेरे भी दो बच्चे ने दो बेटियां ने एक बेटी तां जिद फड़ी हुई है भी मैं बाहर जाणा है एक बेटी मेरी इत्थे है जी उहनूं हुण भी तुसीं पुछ सकदे हो किहड़ी दवाई दा साल्ट पुछ सकदे हो तुसीं हर एक दवाई दा साल्ट पता कादे वास्ते है किहड़ी बीमारी है जी मैं उहनूं सिखाउंदा रहिंदा क्योंकि आपां अपने बच्चों नूं इत्थे जिन्नी कु नॉलेज है आपां खेतीबाड़ी दी दे सकदे हां जी क्योंकि माहिर बना सकदे हां। ਉਹ ਮੇਰੀ ਬੇਟੀ ਕਹਿੰਦੀ ਜੀ ਮੈਂ ਇੱਥੇ ਹੀ ਡਾਕਟਰ ਬਣਨਾ ਹੈ ਕਿਉਂਕਿ ਡਾਕਟਰ ਸਾਹਿਬ ਆਉਂਦੇ ਨੇ ਜੀ ਮਿਲਦੇ ਨੇ ਜੀ ਡਾਕਟਰ ਮੈਡਮ ਆਉਂਦੇ ਨੇ ਜੀ ਉਹਨਾਂ ਨੂੰ ਦੇਖ ਕੇ ਉਹਦੇ ਅੰਦਰ ਵੀ ਸ਼ੌਂਕ ਪੈਦਾ ਹੋਇਆ ਜੀ ਕਿਉਂਕਿ ਆਪਾਂ ਨੂੰ ਬੱਚਿਆਂ ਨੂੰ ਦੱਸਣਾ ਚਾਹੀਦਾ ਵੀ ਵੀ ਖੇਤੀ ਕਿਵੇਂ ਕਰਨੀ ਹੈ ਜਿਹੜੀ ਚੀਜ਼ ਆਪਾਂ ਕਰਦੇ ਹਾਂ ਉਹ ਤਾਂ ਕਮ ਸੇ ਕਮ ਸਿਖਾਉਣੀ ਚਾਹੀਦੀ ਹੈ ਕਿਉਂਕਿ ਜਿਹੜੇ ਆਪਾਂ ਦੇਖਦੇ ਰਹਿੰਦੇ ਹਾਂ ਜੀ ਕੋਈ ਬਾਣੀਏ ਨੇ ਜੀ ਆਪਣੇ ਕੋਈ ਵੀ ਬਿਜ਼ਨਸ ਕਰਦਾ ਉਹਨਾਂ ਦੇ ਬੱਚਿਆਂ ਨੂੰ ਉਹਨਾਂ ਜਿੰਨਾ ਹੀ ਪਤਾ ਹੁੰਦਾ ਆਪਣੇ ਬੱਚਿਆਂ ਨੂੰ ਇਹ ਨਹੀਂ ਪਤਾ ਹੁੰਦਾ ਸਪਰੇਅ ਕਿਹੜੀ ਕਰਨੀ ਹੈ। ਕੋਈ ਵੀ ਬੱਚੇ ਉਰੇ ਬੈਠੇ ਨੇ ਕੋਈ ਵੀ ਦੱਸੋ ਜਿਹੜੇ ਜਿਨ੍ਹਾਂ ਨੂੰ ਮੈਂ ਦੱਸਦਾ ਰਹਿੰਦਾ ਉਹਨਾਂ ਨੂੰ ਬਿਲਕੁਲ ਪਤਾ ਹੈ ਵੀ ਆਹ ਸਪਰੇਅ ਕਰਨੀ ਜਿਹੜੇ ਮੇਰੇ ਨਾਲ ਜੁੜੇ ਹੋਏ ਨੇ ਜਾਂ ਡਾਕਟਰ ਸਾਹਿਬ ਨਾਲ ਜੁੜੇ ਹੋਏ ਨੇ ਜੀ ਕਿਉਂਕਿ ਆਪਣੇ ਬੱਚਿਆਂ ਨੂੰ ਇਹ ਨਹੀਂ ਪਤਾ ਹੁੰਦਾ ਵੀ ਪਾਣੀ ਕਦੋਂ ਲਾਉਣਾ ਹੈ ਸਪਰੇਅ ਕਦੋਂ ਕਰਨੀ ਹੈ ਰੇਹ ਕਿੰਨਾ ਪਾਉਣਾ ਹੈ ਜੀ। ਆਪਾਂ ਨੂੰ ਇਹ ਸਿਖਾਉਣਾ ਚਾਹੀਦਾ ਬੱਚਿਆਂ ਨੂੰ ਬਾਹਰ ਭੇਜਣ ਦੀ ਬਜਾਏ। ਬਾਹਰ ਵਾਲੇ ਤਾਂ ਹਾਲਾਤ ਡਾਕਟਰ ਸਾਹਿਬ ਨੇ ਵੀ ਦੱਸੇ ਨੇ ਡਾਕਟਰ ਮੈਡਮ ਨੇ ਵੀ ਦੱਸੇ ਨੇ ਕਿਉਂਕਿ ਬਾਹਰ ਵਾਲੇ ਹਾਲਾਤ ਛੇਤੀ ਜ਼ਿਆਦਾ ਚੱਲਣ ਵਾਲੇ ਨਹੀਂ ਹੈਗੇ ਇੱਥੇ ਹੀ ਬੱਚਿਆਂ ਨੇ ਦੁਬਾਰੇ ਵਾਪਸ ਆਉਣਾ ਹੈਗਾ ਕਿਉਂਕਿ ਇੱਥੇ ਆਪਾਂ ਬਹੁਤ ਕੁਛ ਕਰ ਸਕਦੇ ਹਾਂ ਕਿਉਂਕਿ ਇੱਥੇ ਕਿਹੜੀ ਖੇਤੀ ਹੈ ਜਿਹੜੀ ਆਪਾਂ ਨਹੀਂ ਕਰ ਸਕਦੇ। ਮੈਂ ਮੇਰੇ ਕੋਲ ਬਹੁਤ ਜਿਹੜੇ ਬਾਹਰੋਂ ਆਉਂਦੇ ਨੇ ਬੀਜ ਲੈ ਕੇ ਆਉਂਦੇ ਨੇ ਮੈਂ ਖੀਰਾ ਵੀ ਇੱਥੇ ਤਿਆਰ ਕੀਤਾ ਜੀ ਹੁਣ ਐਵਾਕਾਡੋ ਮੈਂ ਤੁਹਾਨੂੰ ਦਿਖਾਊਂਗਾ ਜੀ ਐਵਾਕਾਡੋ ਇੱਥੇ ਯੂਟਿਊਬ 'ਤੇ ਬਹੁਤ ਪ੍ਰਚਲਿਤ ਹੋਇਆ ਵੀ ਇੰਨਾ ਮਹਿੰਗਾ ਉਹ ਵੀ ਮੇਰੇ ਚੱਲਿਆ ਹੋਇਆ ਜੀ ਅਤੇ ਮੇਰੇ ਵੀ ਬੂਟੇ ਚੱਲੇ ਹੋਏ ਨੇ ਜੀ ਸੇਬ ਦੇ ਅਤੇ ਵੀ ਇੱਥੇ ਆਪਾਂ ਸਭ ਕੁਛ ਕਰ ਸਕਦੇ ਹਾਂ ਬਸ ਇੰਨਾ ਕਹਿੰਦਾ ਹੋਇਆ। ਧੰਨਵਾਦ ਜੀ ਸਰ। ਤੁਸੀਂ ਅਖਬਾਰਾਂ ਦੇ ਵਿੱਚ ਕਿਤਾਬਾਂ 'ਚ ਛਪੀ ਸੀਗੀ ਉਹ ਗੱਲ ਤਾਂ ਇਹ ਹੁੰਦੀ ਆ ਵੀ ਇੱਕ ਆਪਾਂ ਕਹਿੰਦੇ ਹਾਂ ਵੀ 2 ਕਿੱਲਿਆਂ ਵਾਲਾ ਫਾਰਮਰ ਜਾਂ 5 ਕਿੱਲਿਆਂ ਵਾਲਾ ਫਾਰਮਰ 3 ਲੱਖ ਕਰਜ਼ਾ ਸੀਗਾ ਚੜ੍ਹਾਈ ਕਰ ਗਿਆ ਕਹਿਣਾ ਨਹੀਂ ਚਾਹੁੰਦਾ ਮੈਂ ਐਡੀ ਗੱਲ ਨਹੀਂ ਹੁੰਦੀ ਗੀ ਠੀਕ ਹੈ ਨਾ। ਜੇ 5-7 ਕਿੱਲੇ ਨੇ ਕਿਸੇ ਨੇ 8 ਲੱਖ ਰੁਪਈਆ ਦੇਣਾ ਤਾਂ 2 ਕਰੋੜਾਂ ਵੇਚ ਦਿਓ ਜੀ ਹੋਰ ਕੀ ਹੈ ਫਿਰ ਕਰਜ਼ਾ ਤਾਂ ਲਾਉਣਾ ਹੀ ਹੈ ਲੇਕਿਨ ਮਗਰ ਛੱਡ ਚੱਲੇ ਹੋ ਤੁਸੀਂ ਸਾਰਿਆਂ ਨੂੰ ਤੋ ਇਹਨਾਂ ਕੋਲ 2-2.5 ਕਿੱਲੇ ਜ਼ਮੀਨ ਦੇ ਨੇ ਦੋਵੇਂ ਭਰਾ ਇਕੱਠੇ ਰਲ ਕੇ ਕੰਮ ਕਰਦੇ ਨੇ ਪਹਿਲਾਂ ਤਾਂ ਇੱਥੇ ਖੁਸ਼ੀ ਹੁੰਦੀ ਆ ਵੀ ਦੋਵੇਂ ਭਰਾ ਇਕੱਠੇ ਰਲ ਕੇ ਕੰਮ ਕਰਦੇ ਨੇ ਇੱਕ ਬਾਹਰਲਾ ਕੰਮ ਦੇਖ ਲੈਣਾ ਇੱਕ ਖੇਤੀ ਦੇਖੀ ਜਾਂਦਾ ਨਾ ਉਹ ਥੋੜ੍ਹੇ ਇੰਨੇ ਕੁ ਕਿੱਲਿਆਂ ਦੇ ਵਿੱਚੋਂ ਹੀ ਤੁਸੀਂ ਜੇ ਗੋਰੇ ਦੀ ਬੈਂਕ ਵਾਲੀ ਕਾਪੀ ਪੜ੍ਹੋ ਤੁਸੀਂ ਕਹੋ ਵੀ ਤੇਰੀ ਖੇਤੀ ਵਾਲੀ ਆਮਦਨ ਤਾਂ ਹੈ ਨਹੀਂ ਜੀ ਇਹ ਜਿਹੜੀ ਤੂੰ ਬੈਂਕ ਜਮ੍ਹਾਂ ਕਰਾਈ ਬੈਠਾ ਉਹ ਕੋਈ ਇਹਦੇ 'ਚ ਕੋਈ ਦੋ ਰਵਾਵਾਂ ਨਹੀਂ ਸਾਹਮਣੇ ਖੇਤ ਆ ਜੀ ਇਹ ਮਿਹਨਤ ਕਰਦੇ ਨੇ ਠੀਕ ਹੈ ਨਾ। ਆਉਣ ਵਾਲੇ ਸਮੇਂ ਦੇ ਵਿੱਚ ਜਿਉਂ ਜਿਉਂ ਜ਼ਮੀਨਾਂ ਘਟੀ ਜਾਂਦੀਆਂ ਨੇ ਜਿਉਂ ਜਿਉਂ ਖੇਤੀ ਜੋਤਾਂ ਘਟੀ ਜਾਂਦੀਆਂ ਨੇ ਅਤੇ ਜੇ ਆਮਦਨ ਵਧਾਉਣੀ ਹੈ ਤਾਂ ਕਣਕ ਤੁਹਾਨੂੰ ਨਾ ਛੱਡ ਕੇ ਤੁਹਾਨੂੰ ਇਹ ਤੁਹਾਡੇ ਜਿਹੜਾ ਹੈਗਾ ਬਾਗਬਾਨੀ ਵੱਲ ਇਹ ਆਉਣਾ ਹੀ ਪੈਣਾ ਹੈਗਾ ਠੀਕ ਹੈ ਨਾ। 2 ਕੰਮ ਹੋਰ ਨੇ ਮੈਡਮ ਤੁਹਾਨੂੰ ਦੱਸ ਕੇ ਗਈ ਹੈ ਸ਼ਹਿਦ ਬਾਰੇ ਮੱਖੀਆਂ ਬਾਰੇ ਤੁਸੀਂ ਮੈਡਮ ਤੋਂ ਨੰਬਰ ਲੈ ਲਓ ਅਤੇ ਇਹਨਾਂ ਦੇ ਤੁਸੀਂ ਜਿਹੜੇ ਜਿਹੜੇ ਸ਼ਹਿਦ ਦੀਆਂ ਮੱਖੀਆਂ ਦੀ ਟ੍ਰੇਨਿੰਗ ਲੈਣੀ ਹੈ ਤੁਸੀਂ ਕਰਾਓ ਕਿਉਂਕਿ ਖੇਤੀ ਦੀ ਕੋਈ ਜ਼ਮੀਨ ਦੀ ਲੋੜ ਨਹੀਂ ਕੋਈ ਕਾਹੇ ਦੀ ਲੋੜ ਨਹੀਂ ਉਹ ਕੰਮ ਸਿੱਖੋ ਪੈਸੇ ਹੀ ਪੈਸੇ ਨੇ। ਖੁੰਬਾਂ ਦੇ ਵਿੱਚ ਕੁਛ ਨਹੀਂ ਕਰਨਾ ਕੋਈ ਜ਼ਮੀਨ ਦੀ ਲੋੜ ਨਹੀਂ ਸਿਰਫ ਇੱਕ ਜਿਹੜਾ ਛੱਪਰ ਜਿਹਾ ਬਣਾਉਣਾ ਜੇ ਆਪਣੇ ਘਰੇ ਕੋਈ ਕੋਠਾ ਵਿਹਲਾ ਹੈਗਾ ਉਹ 'ਚ ਸਿਰਫਾਂ ਪਾ ਲਓ ਉਹਦੇ 'ਚ ਲਿਫਾਫੇ ਰੱਖ ਲਓ ਅਤੇ ਸਾਡੇ ਇੱਥੇ ਹੁਣ ਚੱਠਿਆਂ ਵਾਲੇ ਮੁੰਡੇ ਨੇ ਉਹ 100-100 ਕੁਇੰਟਲ ਤੂੜੀ ਦੇ ਵਿੱਚੋਂ 2-2.5 ਲੱਖ ਰੁਪਈਆ ਉਹ ਆਰਾਮ ਨਾਲ ਉਹ ਕਮਾ ਲੈਂਦੇ ਨੇ। ਉਹ ਆਪਾਂ ਨੂੰ ਕੋਈ ਨਾ ਕੋਈ ਰਾਹ ਜਿਹੜਾ ਪਕੜਨਾ ਪਊਗਾ ਇਹ ਨਹੀਂ ਵੀ ਆਪਾਂ ਵਧੀਆ ਰੋਟੀ ਖਾ ਸਕਦੇ 2-2.5 ਕਿੱਲਿਆਂ ਵਾਲਾ ਫਾਰਮ ਵੀ ਵਧੀਆ ਰੋਟੀ ਖਾ ਰਿਹਾ ਤੁਹਾਡੇ ਸਾਹਮਣੇ ਹੈਗਾ ਹੈ ਠੀਕ ਹੈ ਨਾ। ਸੋ ਕਾਫੀ ਗੱਲਾਂ ਤੁਹਾਡੇ ਨਾਲ ਸਾਡੇ ਬਾਈ ਜੀ ਨੇ ਵੀ ਕੀਤੀਆਂ ਨੇ ਗੋਰੇ ਨੇ ਵੀ ਕੀਤੀਆਂ ਨੇ ਮੈਡਮ ਵੀ ਕੀਤੀਆਂ ਨੇ ਸੋ ਹੁਣ ਬਾਈ ਕਿਸੇ ਦਾ ਕੋਈ ਸਵਾਲ ਹੋਵੇ ਤਾਂ ਆਪਾਂ ਸਾਂਝਾ ਕਰ ਲੈਂਦੇ ਜੀ। ਸਪਰੇਅ ਬਾਰੇ ਥੋੜਾ ਜਿਹਾ ਜ਼ਰੂਰ ਬੋਲੋ ਜੀ ਮੈਨੂੰ ਵੀ ਫੋਨ ਆਉਂਦੇ ਨੇ ਮੈਂ ਅੱਜ ਵੀ ਕਈ ਫਾਰਮਰ ਕਹਿੰਦੇ ਸਪਰੇਅ ਕਰਨ ਲੱਗ ਗਿਆ ਜੀ ਤੇਲ ਦੇ ਵਿੱਚ ਹੀ ਤੇ ਹੁਣ ਕੋਈ ਸੂਰਜ ਨਹੀਂ ਨਿਕਲਦਾ ਇਹਦੇ ਬਾਰੇ ਜ਼ਰੂਰ। ਸੋ ਬਾਈ ਜੀ ਜਿਹੜੀ ਸਪਰੇਅ ਆ ਨਾ ਸਪਰੇਅ ਨੇ 2 ਤਰੀਕਿਆਂ ਨਾਲ ਕੰਮ ਕਰਨੇ ਹੁੰਦੇ ਨੇ। ਇੱਕ ਤਾਂ ਸਪਰੇਅ ਬੂਟੇ ਦੇ ਰਸ ਦੇ ਵਿੱਚ ਵੜਦੀ ਹੈ ਬੂਟੇ ਦੇ ਵਿੱਚ ਵੜਦੀ ਹੈ ਤਾਂ ਜਾ ਕੇ ਕੰਮ ਕਰਦੀ ਹੈ। ਧੁੱਪ ਦੀ ਬਹੁਤ ਜ਼ਰੂਰਤ ਹੈ ਜੀ ਠੀਕ ਹੈ ਨਾ। ਜਦੋਂ ਧੁੱਪ ਨਾਲ ਮਸਾਮ ਖੁੱਲਣਗੇ ਤਾਂ ਜਾ ਕੇ ਉਹ ਦਵਾਈ ਨੇ ਅਸਰ ਕਰਨਾ ਜੀ। ਇੱਕ ਦਵਾਈ ਹੁੰਦੀ ਹੈ ਉਹ ਬੂਟੇ ਦੇ ਪੈ ਕੇ ਕੀੜਾ ਕੀੜੇ ਦੇ ਪੈ ਗਈ
ਜਾਂ ਬਿਮਾਰੀ ਤੇ ਪੈ ਉੱਤੇ ਚਲੇ ਗਈ ਉਹਨੇ ਖਤਮ ਕਰਨਾ ਹੁੰਦਾ। ਇੱਕ ਹੁੰਦਾ ਵੀ ਅੱਧਾ ਪਚਦੀਆਂ ਦਵਾਈਆਂ ਵਿੱਚ ਵੜ ਕੇ ਕੰਮ ਕਰਦੀਆਂ ਨੇ, ਅੱਧਾ ਪਚਦੀਆਂ ਜਿਹੜੀਆਂ ਉੱਪਰ ਸਪਰੇਅ ਨਾਲ ਉੱਪਰ ਪੈ ਕੇ ਕੰਮ ਕਰਦੀਆਂ ਨੇ, ਠੀਕ ਹੈ। ਸੋ ਜਿਵੇਂ ਹੁਣ ਮੌਸਮ ਚੱਲ ਰਿਹਾ, ਕੋਈ ਵੀ ਮੈਗਨੀਜ ਦੀ ਸਪਰੇਅ ਨਹੀਂ ਕਰਨੀ ਜੀ, ਕੋਈ ਕੱਖਾਂ ਵਾਲੀ ਸਪਰੇਅ ਨਹੀਂ ਕਰਨੀ, ਠੀਕ ਹੈ ਨਾ, ਕੋਈ ਉੱਥੇ ਕੁਛ ਨਹੀਂ ਕਰਨਾ ਗਾ, ਠੀਕ ਹੈ ਨਾ। ਸੋ ਸਪਰੇਅ ਕਰਨੀ ਹੈ ਬਿਲਕੁਲ ਜਿਹਦੇ ਦਿਨ ਖਿੜਿਆ ਹੋਊਗਾ ਉਸ ਹਿਸਾਬ ਨਾਲ ਸਪਰੇਅ ਕਰਨੀ ਹੈ। ਗੁੱਲੀ ਡੰਡੇ ਦੇ ਸਵਾਲ ਆਉਂਦੇ ਨੇ ਬਾਈ ਜੀ, ਬਹੁਤ ਮੈਂ ਤੁਹਾਨੂੰ ਦੱਸਣਾ ਭੁੱਲ ਗਿਆ। ਗੁੱਲੀ ਡੰਡਾ ਐਤਕੀ ਕੀ ਹੋਇਆ, ਐਤਕੀ ਮੀਂਹ ਪੈ ਗਿਆ, ਉਹ ਮੀਂਹ ਵਾਲੀ ਗੱਲ ਰੱਖ ਲਈ। ਹੁਣ ਜਿਹੜਾ ਸੁਪਰ ਸੀਡਰ ਹੈ ਉਹ ਗੱਲ ਪੂਰੀ ਭਾਲਦਾ ਜੀ, ਕਿਉਂਕਿ ਸਾਰੀ ਪਰਾਲੀ ਜ਼ਮੀਨ 'ਚ ਜਾਣੀ ਹੁੰਦੀ ਹੈ, ਪਰਾਲੀ ਸੁੱਕੀ ਹੁੰਦੀ ਹੈ ਉਹ ਸਾਰੀ ਸਿੱਲ ਖਿੱਚ ਲੈਂਦੀ ਹੈ, ਅਤੇ ਜਿਹੜੀ ਪਰਾਲੀ ਹੁੰਦੀ ਹੈ ਉਹ ਸਿਆਣਾ ਦੇ ਵਿੱਚ ਆ ਜਾਂਦੀ ਹੈ। ਸਿਆਣਾ 'ਚ ਦਾਣਾ ਡਿੱਗ ਗਿਆ ਉਹ ਹਰਾ ਨਹੀਂ ਹੁੰਦਾ ਜੀ, ਕਿਸੇ ਦਾ ਅੱਧਾ ਕਿੱਲਾ ਖਾਲੀ ਪਿਆ ਜੀ, ਕਿਸੇ ਦਾ 2 ਵਿਘੇ ਖਾਲੀ ਪਏ ਨੇ, ਕਿਸੇ ਦਾ 1 ਵਿਘਾ ਖਾਲੀ ਪਿਆ, ਕਿਸੇ ਦਾ ਸਾਰੇ ਪੌਣਾ ਕਿੱਲਾ ਖਾਲੀ ਪਿਆ, ਕਿਸੇ ਦਾ ਧੂੜੀਆਂ 'ਚ ਪਿਆ ਹੈਗਾ, ਪਾਣੀ ਲਾਉਣਾ ਪੈ ਗਿਆ ਕਿਉਂਕਿ ਹੋਣਾ ਨਹੀਂ ਸੀਗਾ ਉਹ ਖੇਤ, ਪਾਣੀ ਲਾਉਣਾ ਪੈ ਗਿਆ ਅਤੇ ਉੱਥੇ ਜਿਹੜਾ ਗੁੱਲੀ ਡੰਡਾ ਜੰਮਿਆ ਆ, ਹੁਣ ਉਹਨੂੰ ਆਪਾਂ ਕੰਟਰੋਲ ਕਰਨਾ। 3 ਚੀਜ਼ਾਂ ਯਾਦ ਰੱਖੋ ਬਾਈ ਜੀ, ਜਿਹੜੀ ਦਵਾਈ ਤੁਸੀਂ ਪਿਛਲੀ ਵਾਰੀ ਸਪਰੇਅ ਕਰਤੀ ਉਹ ਨਹੀਂ ਕਰਨੀ ਜੀ, ਬਦਲ ਕੇ ਕਰੋ। ਦਵਾਈਆਂ ਦੇ ਬਦਲ ਬਹੁਤ ਨੇ ਜੀ, ਠੀਕ ਹੈ ਨਾ। ਸਾਡੇ ਕੋਲ ਆਈਸੋਪਰਾਟੋਜੁਰੋਨ ਹੈਗੀ ਆ, ਐਰੀਲਾਨ ਵਾਲੀ ਜੋ ਵੀ ਦਵਾਈ ਹੈਗੀ ਆ, ਸਾਡੇ ਕੋਲ ਮੈਟ ਸਲਫੂਰੋਨ ਹੈਗੀ ਆ, ਸਲਫੋ ਸਲਫੂਰੋਨ ਹੈਗੀ ਆ, ਲੀਡਰ ਵਾਲੀ ਹੈਗੀ, ਕਰੋਡੀਨੋਫਾਫ ਹੈਗੀ ਆ, ਟੋਪਕ ਵਾਲੀ ਹੈਗੀ ਆ, ਠੀਕ ਹੈ ਨਾ, ਕੀ ਆਪਣਾ ਪਿਊਮਾ ਪਾਵਰ ਹੈਗੀ ਆ, ਐਕਸੀਅਲ ਹੈਗੀ ਆ, ਸਾਡੇ ਕੋਲ ਦਵਾਈਆਂ ਬਹੁਤ ਨੇ, ਠੀਕ ਹੈ ਨਾ। ਦੋ ਦਵਾਈਆਂ ਰਲੀਆਂ ਹੋਈਆਂ ਨੇ। ਪਹਿਲੀ ਗੱਲ ਤਾਂ ਇਹਨਾਂ ਦੀ ਬੇਟੀ ਨੂੰ ਸਾਰੇ ਟੈਕਨੀਕਲ ਪਤਾ ਵੀ ਕਿਹੜੀ ਦਵਾਈ ਦਾ ਟੈਕਨੀਕਲ ਕੀ ਹੈ। ਸਲਫੋ ਸਲਫੂਰੋਨ ਲੀਡਰ ਵਾਲਾ ਸਾਲਟ ਆ ਜੀ, ਕਰੋਡੀਨਾ ਪਾਵ ਟੋਪਕ ਵਾਲਾ ਸਾਲਟ ਆ ਜੀ, ਇਹ ਸਾਨੂੰ ਪਤਾ ਹੋਣਾ ਚਾਹੀਦਾ, ਠੀਕ ਹੈ ਨਾ। ਇੱਕ ਤਾਂ ਦਵਾਈ ਬਦਲ ਕੇ ਕਰਨੀ ਹੈ, ਦੂਸਰਾ ਦਵਾਈ ਆਪਾਂ ਇਸ ਹਿਸਾਬ ਨਾਲ ਕਰਨੀ ਆ ਵੀ ਉਹਦੇ ਬੂਟੇ ਦੇ ਪੱਤੇ ਐਂ ਖੁੱਲ੍ਹ ਜਾਣ ਅਤੇ ਥੱਲੇ ਡੰਡੀ ਨਾ ਬਣੀ ਹੋਵੇ। ਜੇ ਡੰਡੀ ਬਣ ਗਈ ਫਿਰ ਭਾਵੇਂ ਤੁਸੀਂ 4-5 ਸਪਰੇਅ ਕਰ ਲਓ ਤਾਂ ਵੀ ਨਹੀਂ ਮਰਨਾ ਜੀ। ਉਹ ਸਪਰੇਅ ਕਰਨ ਦਾ ਜਿਹੜਾ ਤਰੀਕਾ ਠੀਕ ਹੋਣਾ ਚਾਹੀਦਾ, ਪਾਣੀ ਆ ਜਿਹੜਾ ਤੁਸੀਂ ਉਹ 150 ਲੀਟਰ ਤੋਂ ਉੱਪਰ ਲਾਉਣਾ। ਜਦੋਂ ਮੈਂ 200 ਲੀਟਰ ਦੀ ਗੱਲ ਕਰਦਾ ਤੇ ਉਹ ਫਾਰਮਰ ਮੂਹਰੇ 5 ਢੋਲੀਆਂ ਦੀ ਗੱਲ ਕਰ ਰਿਹਾ ਹੁੰਦਾ, ਉਹਦਾ ਮੈਚ ਹੀ ਨਹੀਂ ਉਹਦਾ ਕੰਮ ਜੀ, ਠੀਕ ਹੈ ਨਾ। ਸੋ ਆਪਾਂ ਪਾਣੀ ਵੱਧ ਲਾਓ ਅਤੇ ਜਿਹੜੀ ਸਪਰੇਅ ਕਰਨੀ ਹੈ। ਦੂਸਰੀ ਗੱਲ, ਜਿਵੇਂ ਹੁਣ ਮੈਨੂੰ ਪਰਸੋਂ ਇੱਕ ਫਾਰਮਰ ਨੇ ਫੋਨ ਕਰਕੇ ਫੋਟੋ ਭੇਜੀਆਂ, ਕਹਿੰਦਾ ਯਾਰ ਡੱਬੇ ਦੇਖੋ ਕੀ ਆ ਇਹਨਾਂ 'ਚ। ਉਹ ਮੈਨੂੰ ਫੋਟੋ ਭੇਜ ਕੇ ਡੱਬੇ ਉਹਦੇ ਕੋਲੇ ਪਏ ਨੇ, ਸਪਰੇਅ ਕਰ ਦਿੱਤੀ, ਉਹ ਕਹਿੰਦਾ ਦੱਸੋ ਜੀ ਕੀ ਆ ਇਹਦੇ ਵਿੱਚ। ਹੁਣ ਇੱਕ ਸਪਰੇਅ ਤਾਂ ਉਹਨੇ ਕਰਤੀ ਜਿਹਦੇ ਵਿੱਚ ਟੋਪਕ ਵਾਲਾ ਸਾਲਟ ਸੀ ਅਤੇ ਮੈਟਰੀ ਸੀਗੀ, ਟਾਟਾ ਮੈਟਰੀ ਸੈਨਕੋਰ ਵਾਲਾ ਸਾਲਟ, ਹੈ ਨਾ, ਮੈਟਰੀ ਵੀਜ਼ਨ। ਅਸੀਂ ਤਾਂ ਕਹਿੰਦੇ ਹਾਂ ਉਹ ਹੀ ਕਰ ਦਿਓ। ਜੇ ਸਾਨੂੰ ਇਹੀ ਨਹੀਂ ਪਤਾ ਵੀ ਜਿਹੜੀ ਸਗਨ 21 ਹੈ ਜਾਂ ਜਿਹੜੀ 61 ਪਲੱਸ ਹੈ ਜਾਂ ਜਿਹੜੀ ACM 9 ਆ ਵੀ ਇਹਦੇ 'ਚ 2 ਸਾਲਟ ਨੇ, ਉਹ ਭਣਵਾਣ ਸੋ ਉਹ ਮੈਟਰੀ ਉਹਦੇ ਵਿੱਚ ਪਹਿਲਾਂ ਹੀ ਆ, 300 ਗ੍ਰਾਮ ਮੈਟਰੀ ਤੋਂ ਨਹੀਂ ਹੋਰ ਪਾਤੀ, ਉਹ ਕਣਕ ਫੂ ਕੇ ਬਹਿ ਗਿਆ। ਇੱਕ ਨੇ ਕੀ ਕੀਤਾ, ਜਿਹੜੀ ਜਿਹੜੇ 2 ਸਾਲਟ ਵਾਲਾ ਕਰਤਾ ਮੈਟਰੀ ਵਾਲਾ ਅਤੇ ਟੋਪਕ ਵਾਲਾ, ਉਹਦੇ ਨਾਲ 3 ਡੱਬੇ ਉੱਤੇ ਨਾਲ ਟੋਪਕ ਦੇ ਹੋਰ ਪਾ ਗਿਆ, ਉਹਨੂੰ ਪਤਾ ਹੀ ਨਹੀਂ ਸੀ ਇਹਦੇ ਵਿੱਚ ਟੋਪਕ ਹੈਗੀ ਹੈ। ਸੋ ਬਾਈ ਜੀ ਆਪਾਂ ਖੇਤੀ ਕਰਦਿਆਂ ਨੂੰ ਕਿੰਨੇ ਸਾਲ ਹੋ ਗਏ, ਇਸੇ ਕਰਕੇ ਆਪਾਂ ਸਿੱਲ ਹੋ ਜਾਂਦੇ ਹਾਂ। ਹੁਣ ਖੇਤੀ ਜਿਹੜਾ ਉੱਥੇ, ਮੇਰਾ ਉਹ ਗੱਲ ਦਾ ਤੁਸੀਂ ਗੁੱਸਾ ਨਾ ਕਰੋ, ਜਿਹੜਾ ਬੰਦਾ ਉੱਥੇ ਦਵਾਈ ਵੇਚ ਰਿਹਾ ਹੈ ਉਹ ਸਿਆਣਾ ਕਿ ਤੁਸੀਂ ਖੇਤੀ ਕਰਦੇ ਖੇਤ ਹਰ ਤੁਸੀਂ ਸਿਆਣੇ ਹੋ। ਆਪਾਂ ਇੰਨੇ ਭੋਲੇ ਨਾ ਬਣੀਏ, ਆਪਾਂ ਇੰਨੇ ਅਣਜਾਣ ਨਾ ਬਣੀਏ। ਆਪਣੇ ਕੋਲ 2 ਹੀ ਫਸਲਾਂ ਨੇ, ਉਹਦੇ ਉੱਤੇ ਕਿਹੜੀ ਸਪਰੇਅ ਹੋਣੀ ਹੈ ਕਿਹੜੀ ਨਹੀਂ ਹੋਣੀ ਹੈ, ਤੁਹਾਨੂੰ ਰੱਖਿਆ ਹੋਣਾ ਚਾਹੀਦਾ। ਤੁਸੀਂ ਦੁਕਾਨ ਤੇ ਜਾ ਕੇ ਇਹ ਨਹੀਂ ਕਹਿਣਾ ਵੀ ਮੇਰਾ ਝੋਨਾ ਪੀਲਾ ਜਾ ਪੈ ਗਿਆ ਜੀ, ਮੇਰਾ ਝੋਨਾ ਖੜ ਗਿਆ ਜੀ, ਮੇਰੀ ਕਣਕ ਪੀਲੀ ਪੈ ਗਈ ਜੀ, ਮੇਰਾ ਫਾਨਾ ਹੋ ਗਿਆ। ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਇਹ ਮੌਸਮ ਕਰਕੇ ਪੀਲੀ ਪੈ ਗਈ ਜਾਂ ਥੱਲੇ ਜਣਾ ਚ ਮੌਕੇ ਨਿਕਲੇ ਜਾਂ ਜਿਹੜਾ ਹੈਗਾ ਤੱਤਾਂ ਦੀ ਘਾਟ ਆ ਗਈ। ਤੁਹਾਨੂੰ ਪਤਾ ਹੋਣਾ ਚਾਹੀਦਾ ਜੀ, ਕਿਉਂਕਿ ਜੇ ਆਪਾਂ 2 ਫਸਲਾਂ ਹੀ ਲਾਉਣੇ ਆ 90-95% ਏਰੀ 'ਚ, ਜੇ ਇਹਨਾਂ 2 ਫਸਲਾਂ ਬਾਰੇ ਨਹੀਂ ਪਤਾ। ਸੋ ਆਪਾਂ ਜਿੰਨੇ ਵੀ ਤੱਤਾਂ ਵਾਲੀਆਂ ਸਪਰੇਆਂ ਕਰਨੀਆਂ ਨੇ, ਜੇ ਕਿਸੇ ਨੇ ਮੈਗਨੀ ਦੀ ਕਰਨੀ ਹੈ, ਸਲਫਰ ਦੀ ਕਰਨੀ ਹੈ ਜਾਂ ਤੁਸੀਂ ਜਿੰਕ ਦੀ ਕਰਨੀ ਹੈ, ਠੀਕ ਹੈ ਨਾ, ਜਾਂ ਕੋਈ ਤੁਸੀਂ ਤੇਲੇ ਵਾਲੀ ਕਰਨੀ ਹੈ, ਸੁੰਡੀ ਵਾਲੀ ਕਰਨੀ ਹੈ, ਆਪਾਂ ਉਹ ਧੁੱਪੇ ਕਰਨੀਆਂ ਨੇ, ਠੀਕ ਹੈ ਨਾ। ਇਹ ਤੱਤਾਂ ਵਾਲੀਆਂ ਖਾਸ ਕਰਕੇ ਧੁੱਪੇ ਹੋਈਆਂ ਨੇ। ਬਾਕੀ ਜਿਹੜੀ ਹੁਣ ਤਰੇਲ, ਇੰਨੀ ਕੁ ਤਰੇਲ ਪਈ ਹੋਈ ਹੈ ਸਾਰੀਆਂ ਫਸਲਾਂ ਦੇ ਉੱਪਰ, ਹੁਣ ਜਦੋਂ ਸਪਰੇਅ ਕਰਾਂਗੇ, ਜੇ ਤਾਂ ਕੋਈ ਜੜ 'ਚ ਦਵਾਈ ਪਚਾਉਣੀ ਹੈ ਉਹਦੇ ਵਾਸਤੇ ਤਾਂ ਠੀਕ ਹੈ ਜੀ, ਤਰੇਲ ਤਰੇਲ ਕਰ ਦਿਓ, ਅਤੇ ਜੇ ਪੱਤਿਆਂ ਦੀ ਦਵਾਈ ਟਕਾਉਣੀ ਹੈ ਉਹ ਤਾਂ ਬਹੁਤ ਉਹ ਹੈ। ਫਿਰ ਸਪਰੇਅ ਕਰਨ ਦਾ ਤਰੀਕਾ ਕੀ ਹੁੰਦਾ, ਅਸੀਂ ਵੱਡਾ ਢੋਲਾ ਲੈ ਲੈਣਾ ਟਰੈਕਟਰ ਵਾਲਾ, ਹੈ ਨਾ, ਅੱਡੀ ਗੰਨ ਫੜੀ ਹੁੰਦੀ ਹੈ, ਉਹਦਾ ਤੁਸੀਂ ਕਦੇ ਦੇਖ ਚੈੱਕ ਕੀਤਾ ਜੀ ਪ੍ਰੈਸ਼ਰ ਕਿੰਨਾ? ਉਹਦਾ ਪ੍ਰੈਸ਼ਰ 70-80 ਤੋਂ ਲੈ ਕੇ 110 PSI ਹੁੰਦਾ। ਅਤੇ ਆਪਾਂ ਨੂੰ ਪ੍ਰੈਸ਼ਰ ਕਿੰਨਾ ਚਾਹੀਦਾ ਗੁੱਲੀ ਡੰਡੇ ਤੋਂ ਦਵਾਈ ਖੜਾਉਣ ਵਾਸਤੇ? 18-24। ਹੁਣ ਤੁਸੀਂ ਦੇਖ ਲਓ ਵੀ ਇੰਨੇ ਪ੍ਰੈਸ਼ਰ ਨਾਲ ਜੇ ਦਵਾਈ ਨਹੀਂ ਖੜੂਗੀ ਤਾਂ ਮਰੂਗਾ ਕਿਵੇਂ ਜੀ ਉਹ? ਸੋ ਸਾਨੂੰ ਜਿਹੜੀ ਸਪਰੇਅ ਆ ਉਹ ਪਿੱਠੂ ਪੰਪਣੀ ਕਰਨੀ ਚਾਹੀਦੀ ਹੈ, ਚਾਹੇ ਉਹ ਬੈਟਰੀ ਵਾਲਾ, ਚਾਹੇ ਉਹ ਪੈਟਰੋਲ ਵਾਲਾ, ਚਾਹੇ ਉਹ ਤੁਹਾਡਾ ਤੁਸੀਂ ਜਿਹੜਾ ਹੱਥਾਂ ਨਾਲ ਪੰਪ ਮਾਰਨਾ ਉਹ ਹੈਗਾ। ਸੋ ਇਹ ਆਪਾਂ ਕਦੇ ਹੁਣ ਦੇਖਦੇ ਨੇ ਵੀ ਆਹ ਲਾਉਣ ਦੇ ਤਾਂ ਯਾਰ ਗੁੱਲੀ ਡੰਡਾ ਹੈ ਹੀ ਨਹੀਂਗਾ, ਨਾ ਖੜਾ ਫਿਰ ਹੈ ਨਹੀਂ, ਫਿਰ ਉੱਥੇ ਕੀ ਨੁਕਸ ਪੈ ਗਿਆ? ਸਾਡਾ ਸਪਰੇਅ ਕਰਨ ਦਾ ਤਰੀਕਾ ਗਲਤ ਸੀਗਾ ਜੀ। ਹਾਂ, ਯੂਰੀਆ ਦੇਖ ਲਓ ਜੀ, ਆਹ ਫਾਂਟ ਪੂਰੀ ਹਰੀ ਆ ਜੀ, ਆਹ ਪਲੱਤਣ 'ਚ ਆ ਜੀ, ਆਹ ਫਿਰ ਹਰੀ ਹੈ, ਯੂਰੀਆ ਪਾਉਣ ਦਾ ਤਰੀਕਾ ਗਲਤ ਆ ਜੀ। ਸੋ ਆਪਾਂ ਬਾਈ ਜੀ ਜਿਹੜੀ ਮੈਟਰੀ ਆਪਾਂ ਨਾ ਜ਼ਿਆਦਾ ਪਾਈ ਜਾਂਦੇ ਹਾਂ, 300-400 ਗ੍ਰਾਮ, ਉਹ ਜਿਹੜੀਆਂ ਸਾਡੇ ਕੋਲ ACM 9 ਹੈ ਜਾਂ ਸਾਡੇ ਕੋਲ ਹੈਗੀ ਆ ਕੀ ਕਹਿੰਦੇ ਹੁੰਦੇ ਨੇ 61 ਪਲੱਸ ਹੈ ਜਾਂ ਸਾਡੇ ਕੋਲ ਸਗਨ 21 ਹੈ,
ਇਹਨਾਂ ਸਗਨ 21 ਤੇ ACM 9 ਦੇ ਵਿੱਚ ਟੌਪ ਕਾਲਾ ਸਾਲਟ ਹੈ ਤੇ ਨਾਲ ਮੈਟਰੀ ਵੀ ਹੈਗੀ ਹੈ, ਸੋ ਉਹਦੇ ਵਿੱਚ ਹੋਰ ਕੋਈ ਪਾਉਣ ਦੀ ਲੋੜ ਨਹੀਂ। ਠੀਕ ਹੈ ਨਾ, 240 ਗ੍ਰਾਮ ਪਊਗੀ ACM 9, 200 ਗ੍ਰਾਮ ਪਊਗੀ ਤੁਹਾਡੀ ਕੀ ਕਹਿੰਦੇ ਹੁੰਦੇ ਨੇ ਸਗਨ 21, ਤੇ ਜਿਹੜੀ ਅਕਾਊਂਟ ਪਲੱਸ ਹੈ ਉਹ 400 ਗ੍ਰਾਮ ਪਊਗੀ, ਉਹਦੇ ਵਿੱਚ ਜਿਹੜਾ ਹੈਗਾ ਪਿਊਮਾ ਪਾਵਰ ਵਾਲਾ ਤੇ ਮੈਟਰੀ ਵਾਲਾ ਸਾਲਟ ਹੈ ਜੀ। ਸੋ ਆਪਾਂ ਨੂੰ ਇਹ ਗੱਲਾਂ ਦਾ ਗਿਆਨ ਹੋਣਾ ਚਾਹੀਦਾ ਵੀ ਇਹਦੇ ਵਿੱਚ ਕਿਹੜੀਆਂ ਕਿਹੜੀਆਂ ਦਵਾਈਆਂ ਨੇ। ਸੋ ਇਹ ਜਿਹੜੀਆਂ ਦਵਾਈਆਂ ਨੇ ਇਹ ਘਾਹ ਲੈਂਦੀ ਨੂੰ ਵੀ ਮਰਦੇ ਨੇ, ਖਾਸ ਕਰਕੇ ਗੁੱਲੀ ਡੰਡਾ ਜਾਂ ਬੂਈ, ਤੇ ਇਹ ਜਿਹੜੇ ਚੌੜੀ ਪੱਤਿਆਂ ਦੀ ਨੇ ਚਾਹੇ ਵਾਥੂ ਆ ਚਾਹੇ ਗਧੇ ਕੰਨਾਂ ਜਿਹਨੂੰ ਆਪਾਂ ਕਹਿੰਦੇ ਆ, ਆਹ ਆਪਣਾ ਕੀ ਕਹਿੰਦੇ ਨੇ ਕਡਿਆਲੀ ਪਾਲ ਖੋ ਨਾ ਜੰਗਲੀ ਪਾਲ ਖੋਗੀ ਜਾਂ ਖੰਡੀਗਾਰਾ ਹੋਗੀ ਜਾਂ ਮੈਣਾ ਮੈਣੀ ਹੋਵੇ, ਠੀਕ ਹੈ ਨਾ, ਇਹ ਮਾਰਦੀਆਂ ਨੇ। ਸੋ ਆਪਾਂ ਨੂੰ ਜਿਹੜਾ ਦਵਾਈ ਆਪਾਂ ਸਪਰੇਅ ਕਰਨੀ ਹੈ, ਮੇਰਾ ਨੰਬਰ ਲੈ ਲਓ ਜੀ, ਮੇਰਾ ਨੰਬਰ 94-172-81-311 ਜੀ। ਚਾਹੇ ਮੈਂ ਸਵੇਰੇ ਚਲੇ ਜਾਣਾ ਇੱਥੋਂ, ਪਰ ਮੈਂ ਤੁਹਾਡਾ ਜਵਾਬ ਹਰ ਗੱਲ ਦੇ ਦੂੰਗਾ, ਮੈਂ ਗਰੁੱਪ ਨਹੀਂ ਛੱਡ ਕੇ ਜਾਂਦਾ ਜੀ, ਮੈਂ ਗਰੁੱਪ ਦੇ ਵਿੱਚ ਰਹੂੰਗਾ, ਤੁਹਾਨੂੰ ਗਰੁੱਪ ਦੇ ਵਿੱਚ ਰੱਖੂੰਗਾ, ਤੁਹਾਡਾ ਗਰੁੱਪ ਵੀ ਉਡਾਉਣਾਗੇ। ਮੇਰਾ ਨੰਬਰ ਹੈ 94-172-81-311, ਡਾਕਟਰ ਬੂਟਾ ਸਿੰਘ ਮੇਰਾ ਨਾਂ ਹੈ। ਜਦੋਂ ਮਰਜ਼ੀ ਫੋਨ ਕਰੋ, ਫੋਟੋ ਭੇਜੋ, ਠੀਕ ਹੈ ਨਾ, ਦਵਾਈ ਉੱਥੇ ਤੁਸੀਂ ਦਵਾਈ ਲੈਣ ਗਏ ਹੋ ਉੱਥੇ ਉਹ ਦਵਾਈ ਦੀ ਫੋਟੋ ਖਿੱਚ ਕੇ ਭੇਜ ਦਿਓ, ਮੈਂ ਦੱਸ ਦੂੰ ਤੁਸੀਂ ਲੈਣੀ ਹੈ ਕਿ ਨਹੀਂ ਲੈਣੀ, ਠੀਕ ਹੈ ਨਾ। ਇੰਨਾ ਤਾਂ ਕਰ ਸਕਦੀ 94-172-81-311 ਜੀ। ਇੱਧਰ ਲਿਖਿਆ ਪਿਆ ਬੈਨਰ ਤੇ। ਸੋ ਅਸੀਂ ਤੁਹਾਨੂੰ ਹੁਣ ਵੰਡਾਂਗੇ ਖੁੰਬਾਂ ਦਾ ਬੀਜ, ਤਿਆਰ ਹੋ ਜੀ, ਲੈ ਕੇ ਜਾਣਾ ਜੀ। ਨਾਲ ਅਸੀਂ ਖਾਲੀ ਲਿਫਾਫੇ ਦੇ ਦਾਂਗੇ, ਤੂੜੀ ਤੁਹਾਡੀ ਹੋਣੀ ਹੈ, ਤੂੜੀ ਨੂੰ ਕਰਕੇ ਗਿੱਲਾ ਜਿਹੜੇ ਤਰੀਕੇ ਨਾਲ ਅਸੀਂ ਤੁਹਾਨੂੰ ਇੱਥੇ ਸਮਝਾਇਆ ਜਾਂ ਦੱਸਿਆ ਉਸ ਤਰੀਕੇ ਨਾਲ ਤੁਸੀਂ ਪਾ ਲੈਣੀ ਹੈ। ਆਪਾਂ ਖੇਤ ਦਾ ਖੇਤ 'ਚ ਵੀ ਜਾਣਾ, ਆਪਾਂ ਸਾਰਿਆਂ ਨੇ ਖੇਤ 'ਚ ਵੀ ਜਾਣਾ, ਇਹਨਾਂ ਨੇ ਤੁਹਾਨੂੰ ਬਹੁਤ ਕੁਝ ਦੱਸਣਾ ਉੱਥੇ, ਅਸੀਂ ਵੀ ਤੁਹਾਡੇ ਨਾਲ ਉੱਥੇ ਗੱਲਾਂ ਸਾਂਝੀਆਂ ਕਰਨੀਆਂ ਨੇ ਵੀ ਇੱਥੇ ਹੋ ਕੀ ਰਿਹਾ, ਉੱਥੋਂ ਅਗਲਾ ਕਹਿੰਦਾ ਕਾਹ ਜਿਹਾ ਪਾਇਆ ਵੀ ਬੰਦੇ ਕੀ ਹੋ ਰਿਹਾ ਇਹਦੇ 'ਚ, ਹੈ ਨਾ, ਤਨਖੀਹ ਕਰ ਰਹੇ ਨੇ। ਆਹ ਜਿਹੜਾ ਆਹ ਲਿਫਾਫਾ ਜੀ, ਇਹ 'ਚ ਸੰਨੀ ਕਰਕੇ ਲਾਤਾ ਜੀ, ਵਿੱਚ ਸਾਰਾ ਵੀਰ ਲਾ ਕੇ ਲਿਫਾਫਾ ਭਰਤਾ, ਠੀਕ ਹੈ ਨਾ। ਅਤੇ ਇਹ ਜਿਹੜਾ ਆਹ ਲਿਫਾਫਾ ਹੈ ਇਹਦੇ ਵਿੱਚ ਤੁਹਾਡੇ ਸਾਹਮਣੇ ਤਹਿਾਂ ਦੇ ਵਿੱਚ ਪਾਇਆ, 5 ਤਹਿਾਂ ਅਸੀਂ ਬੀਜੀਆਂ ਇਹਦੇ ਵਿੱਚ ਪਾਈਆਂ ਨੇ, ਠੀਕ ਹੈ। ਸੋ ਕੁਛ ਨਹੀਂ ਕਰਨਾ ਤੁਸੀਂ, ਬਸ ਤੂੜੀ ਭਿਉਣੀ ਹੈ ਅਤੇ ਅਗਲੇ ਦਿਨ ਲਾ ਕੇ ਜਿੰਨਾ ਕੁ ਟਾਈਮ ਆਪਾਂ ਲੱਗਿਆ ਸਾਨੂੰ ਇੱਥੇ ਲਾਉਣ ਨੂੰ, ਬਸ ਉਦੋਂ 10 ਮਿੰਟ ਹੋਰ ਵੱਧ ਜਾਣਗੇ, ਅਤੇ ਲਿਫਾਫੇ ਬੰਦ ਕਰਕੇ ਰੱਖ ਦਿਉ, ਨਾ ਇਹਨੂੰ ਪਾਣੀ ਲਾਉਣਾ ਅਤੇ ਨਾ ਇਹਨੂੰ ਕੁਛ ਵੀ ਕਰਨਾ। 20 ਦਿਨਾਂ ਬਾਅਦ ਇਹ ਉੱਲੀ ਨਾਲ ਭਰ ਜਾਣਾ, ਉਹ ਮੁੜ ਕੇ ਉਹਦੀਆਂ ਜਿਹੜਾ ਬੀਜ ਹੈ ਖੁੰਬਾਂ ਦਾ ਜਿਹੜਾ ਪਾਇਆ ਅਬੜੇਵੇਂ ਵਰਗਾ, ਠੀਕ ਹੈ ਨਾ, ਇਹਦੇ ਵਿੱਚੋਂ ਜਿਹੜੀਆਂ ਖੁੰਬਾਂ ਜਾਂ ਝੱਕਣ ਲੱਗ ਜਾਣੀਆਂ, ਅਤੇ ਇਹ ਜਦੋਂ ਝੱਕਣ ਲੱਗ ਜਾਣ ਲਿਫਾਫਾ ਪਾੜ ਦੇਣਾ। ਆਹ ਇੱਕ ਦਿਨ ਛੱਡ ਕੇ ਤੁਸੀਂ ਜਿਹੜਾ ਪਾਣੀ ਹੈ ਉਹ ਫੁਹਾਰੇ ਦੇ ਨਾਲ ਜਿਵੇਂ ਪਾਣੀ ਛਿੜਕਦੇ ਹੁੰਦੇ ਆ ਉੱਥੇ ਡੋਲਣਾ ਨਹੀਂ, ਛਿੜਕਣਾ ਹੀ ਹੈ, ਅਤੇ 1.5 ਮਹੀਨੇ ਦੇ ਵਿੱਚ ਤੁਸੀਂ ਖੁੰਬਾਂ ਖਾਣ ਲੱਗ ਜਾਓਗੇ, 1 ਮਹੀਨਾ ਮੁੜ ਕੇ ਤੁਸੀਂ ਖੁੰਬਾਂ ਖਾਈ ਜਾਣੀਆਂ ਨੇ। ਲਓ ਨਜ਼ਾਰੇ ਜੀ।